ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਓ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੁਰਦੀਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਿੰਟਾ ਵਾਲਾ, ਡਿਸਟ੍ਰਿਕਟ ਪਟਿਆਲਾ ਦੇ ਵਿੱਚ ਬਤੌਰ ਸਮਾਜਿਕ ਸਿੱਖਿਆ ਸੇਵਾਵਾਂ ਨਿਭਾ ਰਿਹਾ ਹਾਂ। ਬੱਚਿਓ, ਅੱਜ ਦੇ ਇਸ ਲੈਕਚਰ ਦੇ ਰਾਹੀਂ ਅਸੀਂ ਤੁਹਾਡੇ ਨਾਲ 10ਵੀਂ ਕਲਾਸ ਦਾ ਪਾਠ ਰਣਜੀਤ ਸਿੰਘ ਮੁੱਢਲਾ ਜੀਵਨ ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਉਹਨਾਂ ਦੇ ਸੰਬੰਧ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਬੱਚਿਓ, ਜਿਹੜਾ ਇਹ ਪਾਠ ਹੈਗਾ, ਇਹ ਪਾਠ ਬਹੁਤ ਹੀ ਇੰਪੋਰਟੈਂਟ ਹੈਗਾ ਸਾਡੀ ਸਿੱਖ ਹਿਸਟਰੀ ਦੇ ਵਿੱਚ। ਅਤੇ ਅੱਜ ਦੇ ਇਸ ਲੈਕਚਰ ਦੇ ਰਾਹੀਂ ਅਸੀਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਜਿਹੜੀਆਂ ਜਾਣਕਾਰੀਆਂ ਨੇ ਉਹ ਅਸੀਂ ਦੇਵਾਂਗੇ। ਕਿਤਾਬ ਦੇ ਨਾਲ ਨਾਲ ਅਸੀਂ ਤੁਹਾਨੂੰ ਉਹ ਜਾਣਕਾਰੀਆਂ ਵੀ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧੀ ਆਮ ਜਾਣੀ ਜਾਂਦੀਆਂ ਨੇ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਿਆ ਜਾਂਦਾ ਕਿ ਇਹ ਖਾਲਸਾ ਰਾਜ ਦੇ ਸੰਸਥਾਪਕ ਸੀਗੇ, ਅਤੇ ਉਹਨਾਂ ਦੇ ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਤੁਹਾਨੂੰ ਹੋਰ ਜਿਹੜੀਆਂ ਪ੍ਰਾਇਮਰੀ ਸੋਰਸਿਸ ਹੈਗੇ ਨੇ, ਖਾਸ ਕਰਕੇ ਸਿੱਖ ਇਤਿਹਾਸ ਹਿਸਟਰੀ ਆਫ ਸਿੱਖਸ ਜਿਹੜੀ ਕਿ ਖੁਸ਼ਵੰਤ ਸਿੰਘ ਨੇ ਲਿਖੀ ਸੀ, ਪ੍ਰਾਇਮਰੀ ਸੋਰਸਿਸ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਜਾਂ ਹੋਰ ਜਿਹੜਾ ਵਿਕੀਪੀਡੀਆ ਯੂਟਿਊਬ ਦੇਖਣ ਤੋਂ ਬਾਅਦ ਜਿਹੜਾ ਲੈਕਚਰ ਤੁਹਾਡੇ ਲਈ ਅਸੀਂ ਤਿਆਰ ਕੀਤਾ ਉਹ ਬਹੁਤ ਹੀ ਤੁਹਾਡੇ ਲਈ ਬੈਨੀਫਿਟ ਰਹਿਣ ਵਾਲਾ। ਸੋ ਸਾਰੇ ਬੱਚੇ ਨੇ ਜਿਹੜੇ ਉਹ ਕਿਰਪਾ ਕਰਕੇ ਸਾਇਲੈਂਸ ਬਣਾ ਕੇ ਰੱਖਣਗੇ, ਅਤੇ ਅਧਿਆਪਕ ਸਹਿਬਾਨ ਵੀ ਜਿਹੜੇ ਨੇ ਹੈਗੇ ਨੇ ਉਹ ਆਪਣੀ ਕਲਾਸ ਦੇ ਵਿੱਚ ਪੂਰਾ ਸਾਇਲੈਂਸ ਬਣਾ ਕੇ ਰੱਖਣ, ਕਿਉਂਕਿ ਇਹ ਜਿਹੜਾ ਟੌਪਿਕ ਹੈਗਾ ਤਾਂ ਇਹਨਾਂ ਨੂੰ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਸਾਂਝਾ ਕਰਾਂਗੇ ਕਿ ਜੇਕਰ ਤੁਸੀਂ ਇਹਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਦੁਬਾਰਾ ਤੋਂ ਜਿਹੜਾ ਹੈਗਾ ਕਿਤੋਂ ਵੀ ਪੜ੍ਹਨ ਦੀ ਲੋੜ ਨਹੀਂ ਪੈਣੀ। ਸੋ ਅਸੀਂ ਬਿਨਾਂ ਕਿਸੇ ਦੇਰੀ ਤੋਂ ਆਪਣਾ ਜਿਹੜਾ ਅੱਜ ਦਾ ਲੈਕਚਰ ਆ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਵਿਦਿਆਰਥੀਓ, ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀਗੇ ਉਹਨਾਂ ਦੀ ਵੰਸ਼ਾਵਲੀ ਕੀ ਸੀ, ਉਹਨਾਂ ਦੀ ਹਾਇਰ ਲਿਸਟ ਕੀ ਸੀਗੀ। ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਬੰਦਾ ਸੀਗਾ ਬੁੱਧ ਸਿੰਘ, ਜਿਹਨੂੰ ਕਿਹਾ ਜਾਂਦਾ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ ਦਾ ਪੌਲ ਲਿਆ ਸੀਗਾ। ਇਹਨਾਂ ਨੇ ਸਭ ਤੋਂ ਪਹਿਲਾਂ ਇਸ ਵੰਸ਼ ਦੀ ਸ਼ੁਰੂਆਤ ਕੀਤੀ ਸੀ ਬੁੱਧ ਸਿੰਘ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਬੁੱਧ ਸਿੰਘ ਦੇ ਦੋ ਪੁੱਤਰ ਸੀਗੇ, ਨੌਧ ਸਿੰਘ ਅਤੇ ਚੰਦਾ ਸਿੰਘ। ਜਿਹੜਾ ਬੁੱਧ ਸਿੰਘ ਦਾ ਵੱਡਾ ਪੁੱਤਰ ਸੀਗਾ ਨੌਧ ਸਿੰਘ, ਬੁੱਧ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਨੌਧ ਸਿੰਘ ਸੀਗਾ ਉਹ ਸਰਦਾਰ ਬਣਿਆ, ਅਤੇ ਇਹਨਾਂ ਨੇ ਆਪਣੇ ਪਿੰਡ ਸੁਕਰ ਚੱਕ ਦੇ ਜਿਹੜਾ ਸੀਗਾ ਉਹਦੇ 'ਤੇ ਕਬਜ਼ਾ ਕੀਤਾ, ਜਿਹਦੇ ਕਰਕੇ ਇਸ ਮਿਸਲ ਦਾ ਨਾਮ ਸੁਕਰ ਚੱਕੀਆ ਪੈ ਗਿਆ ਸੀਗਾ। ਉਸ ਤੋਂ ਬਾਅਦ ਨੌਧ ਸਿੰਘ ਤੋਂ ਬਾਅਦ ਉਹਦਾ ਜਿਹੜਾ ਵੱਡਾ ਬੇਟਾ ਸੀਗਾ ਚੜ੍ਹਤ ਸਿੰਘ ਉਹ ਮੈਦਾਨ ਦੇ ਵਿੱਚ ਆਇਆ, ਉਹਨੇ ਆਪਣੀ ਮਿਸਲ ਸੰਭਾਲੀ, ਅਤੇ ਇਹਨੇ ਜਿਹੜਾ ਆਪਣਾ ਡੇਰਾ ਸੀਗਾ ਉਹ ਗੁਜਰਾਂਵਾਲੇ ਦੇ ਵਿੱਚ ਲਾਇਆ, ਠੀਕ ਹੈ ਜੀ। ਉਸ ਤੋਂ ਬਾਅਦ ਮਹਾਂ ਸਿੰਘ, ਚੜ੍ਹਤ ਸਿੰਘ ਦਾ ਬੇਟਾ ਸੀਗਾ, ਇਹ ਆਏ ਨੇ। ਮਹਾਂ ਸਿੰਘ ਤੋਂ ਬਾਅਦ ਕੌਣ ਆਇਆ, ਰਣਜੀਤ ਸਿੰਘ, ਜਿਹਦੇ ਬਾਰੇ ਅਸੀਂ ਪੜ੍ਹਨਾ। ਅੱਗੇ ਰਣਜੀਤ ਸਿੰਘ ਸੀਗੇ ਜਿਹੜੇ ਉਹਨਾਂ ਦੇ 8 ਪੁੱਤਰ ਸੀਗੇ, ਅਤੇ 8 ਦੇ ਵਿੱਚੋਂ ਕਹਿੰਦੇ ਵੀ ਇੱਕ ਜਿਹੜਾ ਸੀਗਾ ਉਹ ਉਹਨਾਂ ਦੀ ਡੈਥ ਹੋ ਗਈ ਸੀ, ਅਤੇ ਉਸ ਤੋਂ ਬਾਅਦ ਜਿਹੜੇ 7 ਜਿਹੜੇ ਪੁੱਤਰ ਸੀਗੇ ਉਹ ਉਸ ਤੋਂ ਬਾਅਦ ਵੀ ਜਿਹੜੇ ਉਹ ਰੂਲਿੰਗ ਦੇ ਵਿੱਚ ਆਏ ਨੇ। ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਵੀ ਜਿਹੜੇ ਵਿਆਹ ਕਰਾਇਆ ਸੀ ਉਹ 20 ਦੇ ਕਰੀਬ ਜਿਹੜੇ ਸੀਗੇ ਉਹ ਵਿਆਹ ਕਰਾਏ ਸੀਗੇ, ਜਿਹਨਾਂ ਦੇ ਵਿੱਚ ਉਹਨਾਂ ਦੇ 8 ਦੇ ਕਰੀਬ ਜਿਹੜੀ ਉਹ ਔਲਾਦ ਹੋਈ ਸੀ, ਅਤੇ ਸਭ ਤੋਂ ਜਿਹੜਾ ਉਹਨਾਂ ਦਾ ਵੱਡਾ ਬੇਟਾ ਸੀਗਾ ਉਹ ਖੜਕ ਸਿੰਘ ਸੀਗਾ। ਸੋ ਇਹ ਸੀਗੀ ਸਾਡੀ ਹਾਇਰ ਲਿਸਟ ਮਹਾਰਾਜਾ ਰਣਜੀਤ ਸਿੰਘ ਦੀ। ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਬੁੱਧ ਸਿੰਘ, ਨੌਧ ਸਿੰਘ, ਚੜ੍ਹਤ ਸਿੰਘ, ਮਹਾਂ ਸਿੰਘ, ਰਣਜੀਤ ਸਿੰਘ ਦਾ ਜਿਹੜਾ ਨਾਮ ਆ ਉਹ ਯਾਦ ਰੱਖਣਾ ਪੈਂਦਾ, ਕਿਉਂਕਿ ਜਿਹੜੀ ਇਹਨਾਂ ਦੀ ਸਭ ਤੋਂ ਪਹਿਲੀ ਜਿਹੜੀ ਵੰਸ਼ ਜਿੱਥੋਂ ਤੁਰਦਾ ਤਾਂ ਉਹ ਬੁੱਧ ਸਿੰਘ ਸੀਗਾ। ਤੈਨੂੰ ਯਾਦ ਰੱਖਣ ਦਾ ਬੱਚਿਓ ਤਰੀਕਾ ਬੜਾ ਸੌਖਾ ਹੀ ਹੈ, ਤਾਂ ਆਪਾਂ ਸਿੰਪਲ ਜਦੋਂ ਤੁਸੀਂ ਇੱਕ ਇਹਨੂੰ ਰੈਮਿੰਗ ਵਰਡ ਦੇ ਵਿੱਚ ਲੈ ਕੇ ਚੱਲੋਗੇ, ਬੁੱਧ ਨੌਧ ਚੜ੍ਹਤ ਮਹਾਰਣਜੀਤ, ਬੁੱਧ ਨੌਧ ਚੜ੍ਹਤ ਮਹਾਰਣਜੀਤ, ਤਾਂ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਯਾਦ ਕਰ ਲੈਣਾ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਾਡੇ ਅੱਜ ਦੇ ਚੈਪਟਰ ਦੇ ਮੇਨ ਪਾਤਰ ਮਹਾਰਾਜਾ ਰਣਜੀਤ ਸਿੰਘ। ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀਗੇ ਬੱਚਿਓ, ਉਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ ਉਹ 13 ਨਵੰਬਰ 1780 ਦੇ ਵਿੱਚ ਸੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ ਸੀਗਾ, ਅਤੇ ਉਹਨਾਂ ਦੀ ਜਿਹੜੀ ਮਾਤਾ ਸੀਗੀ ਉਹਨਾਂ ਦਾ ਨਾਮ ਸੀਗਾ ਰਾਜ ਕੌਰ। ਉਹ ਮਾਲਵੇ ਦੇ ਜੀਂਦ ਦੇ ਇਲਾਕੇ ਦੇ ਸਰਦਾਰ ਗਜਪਤ ਦੀ ਪੁੱਤਰੀ ਸੀਗੀ, ਜਿਹਦੇ ਕਰਕੇ ਉਹਨੂੰ ਮਾਈ ਮਲਵੈਨ ਵੀ ਕਿਹਾ ਜਾਂਦਾ ਸੀਗਾ। ਅਤੇ ਮੰਨਿਆ ਜਾਂਦਾ ਕਿ ਜਿਹੜਾ ਰਣਜੀਤ ਸਿੰਘ ਹੈ, ਜਿਹੜੀ ਉਹਦੀ ਮਾਂ ਸੀ ਰਾਜ ਕੌਰ, ਉਹ ਸੰਗਰੂਰ ਦੇ ਇਲਾਕੇ ਦੇ ਵਿੱਚ ਸਥਿਤ ਬਡਰੁੱਖਾ ਪਿੰਡ ਦੀ ਤੀ। ਤਾਂ ਜਿਹੜਾ ਬਡਰੁੱਖਾ ਹੈ ਉਹ ਰਣਜੀਤ ਸਿੰਘ ਦੇ ਨਾਨਕਾ ਪਰਿਵਾਰ ਮੰਨਿਆ ਜਾਂਦਾ। ਅੱਜ ਵੀ ਉੱਥੇ ਉਹ ਜਿਹੜੇ ਕਿਲੇ ਹੈਗੇ ਨੇ ਉਹਨਾਂ ਦਾ ਜਿਹੜਾ ਖਾਨਦਾਨ, ਜਿਹੜੇ ਨਿਸ਼ਾਨੀਆਂ ਹੈਗੀਆਂ ਨੇ ਉਹ ਮੌਜੂਦ ਨੇ ਬਡਰੁੱਖਾ ਪਿੰਡ ਦੇ ਵਿੱਚ। ਇਸ ਤੋਂ ਬਾਅਦ ਆ ਜਾਂਦੀ ਹੈ ਬਚਪਨ ਅਤੇ ਸਿੱਖਿਆ। ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀਗੇ ਬੱਚਿਓ, ਉਹ ਮਹਾਂ ਸਿੰਘ ਦੇ ਇਕਲੌਤੇ ਪੁੱਤਰ ਸੀ, ਉਹਨਾਂ ਦੇ ਹੋਰ ਕੋਈ ਔਲਾਦ ਨਹੀਂ ਸੀ, ਇਕੱਲੇ ਰਣਜੀਤ ਸਿੰਘ ਸੀਗੇ। ਤਾਂ ਇਹਨਾਂ ਦਾ ਪਹਿਲਾ ਨਾਮ ਕੁਛ ਹੋਰ ਸੀਗਾ, ਕਿਉਂਕਿ ਜਿਹੜੇ ਰਣਜੀਤ ਸਿੰਘ ਸੀਗੇ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਤਾਂ ਕਹਿੰਦੇ ਵੀ ਜਿਹੜਾ ਮਹਾਂ ਸਿੰਘ ਸੀਗਾ ਉਸ ਸਮੇਂ ਉਹਨਾਂ ਨੂੰ ਰਸੂਲਨਗਰ ਦੀ ਜਿੱਤ ਪ੍ਰਾਪਤ ਹੁੰਦੀ ਆ, ਜਿਸ ਤੋਂ ਬਾਅਦ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਰੱਖ ਦਿੱਤਾ ਰਣਜੀਤ। ਰਣਜੀਤ ਮਤਲਬ ਖੇਤਰ ਨੂੰ ਜਿੱਤਣ ਵਾਲਾ ਜਾਂ ਜਿੱਤ ਪ੍ਰਾਪਤ ਕਰਨ ਵਾਲਾ। ਉਹਨਾਂ ਨੂੰ ਬੜੇ ਲਾੜਾਂ ਦੇ ਚਾਵਾਂ ਨਾਲ ਪਾਲਿਆ ਗਿਆ। ਬੱਚਿਓ, ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ, ਉਹਨਾਂ ਨੂੰ
5 ਸਾਲ ਦੀ ਉਮਰ ਦੇ ਵਿੱਚ ਭਾਈ ਭਾਗੂ ਦੀ ਧਰਮਸ਼ਾਲਾ ਦੇ ਵਿੱਚ ਪੜ੍ਹਨ ਦੇ ਲਈ ਭੇਜਿਆ ਗਿਆ ਸੀਗਾ ਪਰ ਪੜ੍ਹਨ ਦੇ ਵਿੱਚ ਉਹਨਾਂ ਦੇ ਕੋਈ ਖਾਸ ਦਿਲਚਸਪੀ ਨਹੀਂ ਸੀਗੀ ਤੇ ਉਹ ਆਪਣਾ ਜ਼ਿਆਦਾ ਸਮਾਂ ਜਿਹੜਾ ਸੀਗਾ ਘੋੜਸਵਾਰੀ ਤੀਰਅੰਦਾਜ਼ੀ ਤਲਵਾਰਬਾਜ਼ੀ ਦੇ ਵਿੱਚ ਬਤੀਤ ਕਰਦੇ ਸੀਗੇ ਤੇ ਇਸ ਤਰ੍ਹਾਂ ਕਰਕੇ ਉਹ ਇੱਕ ਮਹਾਨ ਯੋਧਾ ਜਿਹੜਾ ਬਚਪਨ ਦੇ ਵਿੱਚ ਹੀ ਬਣ ਗਏ ਸੀਗੇ ਉਹ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਚੇਚਕ ਦਾ ਅਟੈਕ ਹੋਇਆ ਸੀਗਾ ਚੇਚਕ ਦੇ ਅਟੈਕ ਕਰਕੇ ਉਹਨਾਂ ਦੇ ਜਿਹੜੇ ਫੇਸ ਸੀਗਾ ਉਹਦੇ 'ਤੇ ਜਿਹੜੇ ਸਪੋਟ ਵੀ ਬਣ ਗਏ ਸੀਗੇ ਅਤੇ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਖੱਬੀ ਅੱਖ ਸੀਗੀ ਉਹ ਵੀ ਹੌਲੀ ਹੌਲੀ ਜਿਹੜੀ ਖਰਾਬ ਹੋ ਗਈ ਸੀ ਅਤੇ ਉਹਨਾਂ ਦੀ ਖੱਬੀ ਅੱਖ ਥੋੜ੍ਹੀ ਜਿਹੀ ਕੀ ਹੋ ਗਈ ਸੀਗੀ ਛੋਟੀ ਹੋ ਗਈ ਸੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਲ ਯੋਧਾ ਦੇ ਰੂਪ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਵੇਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਸੀ ਕਿਉਂਕਿ ਉਹ ਅਨਪੜ੍ਹ ਹੀ ਸੀਗੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਪਰ ਉਹਨਾਂ ਨੂੰ ਪੜ੍ਹੇ ਲਿਖੇ ਦੀ ਸੰਗਤ ਕਰਨੀ ਬੜੀ ਪਸੰਦ ਸੀਗੀ ਅਤੇ ਆਪਣੇ ਦਰਬਾਰ ਦੇ ਵਿੱਚ ਉਹਨਾਂ ਨੇ ਬੜੇ ਸਾਰੇ ਕਵੀ ਰੱਖੇ ਹੋਏ ਸੀਗੇ ਜਿਨ੍ਹਾਂ ਦੇ ਵਿੱਚੋਂ ਸੋਹਣ ਲਾਲ ਸੂਰੀ ਵੀ ਇੱਕ ਸੀਗੇ ਅਤੇ ਉਹ ਉਹਨਾਂ ਦਰਬਾਰੀ ਕਵੀਆਂ ਦੀ ਸੰਗਤ ਕਰਦੇ ਸੀਗੇ ਆਪਣੇ ਆਲੇ ਦੁਆਲੇ ਦੀ ਪੂਰੀ ਖਬਰ ਰੱਖਦੇ ਸੀਗੇ ਆਪਣੇ ਜਿਹੜੇ ਕਵੀ ਸੀ ਉਹਨਾਂ ਤੋਂ ਉਹ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਸੀਗੇ ਅਤੇ ਜਦੋਂ ਉਹ 10 ਸਾਲ ਦੇ ਸੀਗੇ ਤਾਂ ਉਹ ਸੋਹਦਰਾ ਦੀ ਮੁਹਿੰਮ ਦੇ ਵਿੱਚ ਆਪਣੇ ਪਿਤਾ ਦਾ ਸਾਥ ਦੇਣ ਗਏ ਇਸ ਤੋਂ ਪਹਿਲਾਂ ਵੀ ਉਹ ਇੱਕ ਦੋ ਮੁਹਿੰਮਾਂ ਦੇ ਵਿੱਚ ਗਏ ਨੇ ਸੋਹਦਰਾ ਦੀ ਜਿਹੜੀ ਮੁਹਿੰਮ ਹੈਗੀ ਆ ਉਹਦੇ ਵਿੱਚ ਉਹਨਾਂ ਦੇ ਜਿਹੜੇ ਪਿਤਾ ਸੀਗੇ ਉਹ ਬਿਮਾਰ ਪੈ ਜਾਂਦੇ ਨੇ ਜਿਹਦੇ ਵਿੱਚ ਉਹਨਾਂ ਦੀ ਅਗਵਾਈ ਸੀਗੀ ਜਿਹੜੀ ਉਹ ਰਣਜੀਤ ਸਿੰਘ ਨੇ ਕੀਤੀ ਸੀ ਅਤੇ ਉਸ ਤੋਂ ਬਾਅਦ ਰਣਜੀਤ ਸਿੰਘ ਇੱਕ ਵਾਰ ਜਦੋਂ ਸ਼ਿਕਾਰ ਖੇਡ ਰਹੇ ਸੀਗੇ ਤਾਂ ਉਹਨਾਂ ਦੇ ਪਿਤਾ ਦਾ ਜਿਹੜਾ ਦੁਸ਼ਮਣ ਸੀਗਾ ਹਸਮਤ ਖਾਂ ਚੱਠਾ ਦਾ ਸਰਦਾਰ ਸੀਗਾ ਹਸਮਤ ਖਾਂ ਜਦੋਂ ਉਹਨੂੰ ਪਤਾ ਲੱਗਿਆ ਕਿ ਰਣਜੀਤ ਸਿੰਘ ਅਜੇ ਇਕੱਲਾ ਹੀ ਸ਼ਿਕਾਰ ਖੇਡ ਰਿਹਾ ਤਾਂ ਉਹਨੇ ਰਣਜੀਤ ਸਿੰਘ 'ਤੇ ਆਪਣੀ ਤਲਵਾਰ ਦੇ ਨਾਲ ਵਾਰ ਕੀਤਾ ਝਾੜੀਆਂ ਦੇ ਵਿੱਚ ਲੁੱਕ ਕੇ ਤਲਵਾਰ ਨਾਲ ਵਾਰ ਕੀਤਾ ਪਰ ਰਣਜੀਤ ਸਿੰਘ 'ਤੇ ਜਦੋਂ ਵਾਰ ਹੋਇਆ ਤਾਂ ਰਣਜੀਤ ਸਿੰਘ ਨੇ ਇਸ ਵਾਰ ਨੂੰ ਰੋਕਿਆ ਰੋਕਣ ਦੇ ਬਾਵਜੂਦ ਉਹਨਾਂ ਨੇ ਹਸਮਤ ਖਾਂ ਦਾ ਜਿਹੜਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਤਾਂ ਇਸ ਗੱਲ ਦੀ ਬੜੀ ਚਰਚਾ ਹੋਈ ਸੀਗੀ ਉਸ ਤੋਂ ਬਾਅਦ ਆ ਗਿਆ ਵਿਆਹ ਮਹਾਰਾਜਾ ਰਣਜੀਤ ਸਿੰਘ ਦਾ ਬੱਚਾ ਜਿਹੜਾ ਪਹਿਲਾ ਵਿਆਹ ਸੀ ਉਹ 16 ਸਾਲ ਦੀ ਉਮਰ ਦੇ ਵਿੱਚ ਹੋਇਆ ਸੀਗਾ ਉਸ ਸਮੇਂ ਜਿਹੜੇ ਸੀਗੇ ਪਹਿਲਾਂ ਵਿਆਹ ਹੋ ਜਾਂਦਾ ਸੀ ਮੁਕਲਾਵਾ ਬਾਅਦ ਦੇ ਵਿੱਚ ਆਉਂਦਾ ਸੀਗਾ ਤਾਂ ਇਹਨਾਂ ਦਾ ਜਿਹੜਾ ਮੁਕਲਾਵਾ ਸੀ ਉਹ 16 ਸਾਲ ਦੀ ਉਮਰ ਦੇ ਵਿੱਚ ਹੋਇਆ ਸੀਗਾ 1796 ਦੇ ਵਿੱਚ ਇਹਨਾਂ ਦਾ ਪਹਿਲਾ ਵਿਆਹ ਜਿਹੜਾ ਸੀਗਾ ਉਹ ਘਨੱਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਨਾਲ ਹੋਇਆ ਸੀ ਅਤੇ ਉਹਦੀ ਸੱਸ ਦਾ ਨਾਮ ਸੀ ਸਦਾ ਕੌਰ ਜਿਹੜਾ ਘਨੱਈਆ ਮਿਸਲ ਦਾ ਸਰਦਾਰ ਸੀ ਜੈ ਸਿੰਘ ਕਿਉਂਕਿ ਘਨੱਈਆ ਮਿਸਲ ਉਸ ਸਮੇਂ ਸ਼ੁਕਰ ਚੱਕੀਆਂ ਮਿਸਲ ਦੇ ਬਰਾਬਰ ਦੀ ਮਿਸਲ ਸੀਗੀ ਘਨੱਈਆ ਮਿਸਲ ਨੂੰ ਥੋੜ੍ਹਾ ਜਿਹਾ ਈਰਖਾ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੇ ਨਾਲ ਇਸ ਕਰਕੇ ਸੀ ਕਿਉਂਕਿ ਮਹਾਰਾਜਾ ਮਹਾਂ ਸਿੰਘ ਦੀ ਜਿਹੜੀ ਮਿਸਲ ਸੀਗੀ ਉਹ ਦਿਨੋਂ ਦਿਨ ਤਰੱਕੀਆਂ ਕਰ ਰਹੀ ਸੀ ਤਾਂ ਇੱਕ ਵਾਰੀ ਜੰਮੂ ਦੇ ਅਟੈਕ 'ਤੇ ਲੈ ਕੇ ਘਨੱਈਆ ਮਿਸਲ ਅਤੇ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸੀ ਉਹ ਆਹਮੋ ਸਾਹਮਣੇ ਹੋਏ ਜਿਹਦੇ ਵਿੱਚ ਘਨੱਈਆ ਮਿਸਲ ਦੇ ਸਰਦਾਰ ਜੈ ਸਿੰਘ ਦਾ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ ਤਾਂ ਜੈ ਸਿੰਘ ਦਾ ਜਿਹੜਾ ਸਾਰਾ ਹੰਕਾਰ ਬੱਚੋ ਟੁੱਟ ਗਿਆ ਸੀਗਾ ਜਿਹਦੇ ਕਰਕੇ ਜੈ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਜਿਹੜੀ ਪੋਤਰੀ ਸੀ ਗੁਰਬਖਸ਼ ਸਿੰਘ ਦੀ ਜਿਹੜੀ ਪੁੱਤਰੀ ਸੀ ਅਤੇ ਜਿਹਦੀ ਮਾਂ ਸੀਗੀ ਸਦਾ ਕੌਰ ਮਹਿਤਾਬ ਕੌਰ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਿਆਹੁਣ ਦੀ ਜਿਹੜੀ ਆ ਉਹ ਗੱਲ ਰੱਖੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਵਿਆਹ 1796 ਦੇ ਵਿੱਚ ਇਹ ਹੋ ਗਿਆ ਸੀਗਾ ਇਸ ਤੋਂ ਬਿਨਾਂ ਉਹਨਾਂ ਨੇ 1798 ਦੇ ਵਿੱਚ ਆਪਣਾ ਦੂਸਰਾ ਵਿਆਹ ਕਰਵਾਇਆ ਸੀਗਾ ਉਹ ਹੈਗੀ ਸੀ ਨਕਈ ਮਿਸਲ ਦੀ ਜਿਹੜੀ ਮਹਾਰਾਣੀ ਸੀਗੀ ਰਾਜ ਕੌਰ ਉਹਨਾਂ ਦੇ ਨਾਲ ਇੱਕ ਉਹਨਾਂ ਦੀ ਮਾਤਾ ਵੀ ਸੀ ਰਾਜ ਕੌਰ ਅਤੇ ਦੂਸਰੀ ਉਹਨਾਂ ਦੀ ਘਰਵਾਲੀ ਵੀ ਸੀਗੀ ਜਿਹਦੇ ਨਾਲ ਉਹਨਾਂ ਨੇ ਦੂਜਾ ਵਿਆਹ ਕਰਾਇਆ ਸੀਗਾ ਉਹ ਨਕਈ ਮਿਸਲ ਦੀ ਸੀਗੀ ਅਤੇ ਜਿਹਨਾਂ ਦੇ ਕੁੱਖੋਂ ਉਹਨਾਂ ਦਾ ਸਭ ਤੋਂ ਵੱਡਾ ਬੇਟਾ ਖੜਕ ਸਿੰਘ ਪੈਦਾ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦਾ ਉੱਤਰਾਧਿਕਾਰੀ ਉਹ ਖੜਕ ਸਿੰਘ ਹੀ ਬਣਦਾ ਉਹ ਉਹਨਾਂ ਦੀ ਦੂਸਰੀ ਘਰਵਾਲੀ ਤੋਂ ਪੈਦਾ ਹੋਇਆ ਸੀਗਾ ਉਸ ਤੋਂ ਬਾਅਦ ਬੱਚਿਓ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੀ ਜਿਹੜੀ ਮੌਤ ਹੋ ਜਾਂਦੀ ਆ ਬੱਚਿਓ ਉਹ 1792 ਈਸਵੀ ਦੇ ਵਿੱਚ ਹੋ ਜਾਂਦੀ ਆ ਉਸ ਸਮੇਂ ਹਾਲੇ ਰਣਜੀਤ ਸਿੰਘ 12 ਸਾਲਾਂ ਦਾ ਹੀ ਹੁੰਦਾ ਤਾਂ ਕਿਉਂਕਿ ਨਾਬਾਲਗ ਹੁੰਦਾ ਉਹ ਇਸ ਕਰਕੇ ਉਹਦਾ ਜਿਹੜਾ ਰਾਜਭਾਗ ਸੰਭਾਲਣ ਦੇ ਲਈ 3 ਬੰਦੇ ਮੂਹਰੇ ਆਉਂਦੇ ਨੇ ਪਹਿਲਾਂ 2 ਹੁੰਦੇ ਨੇ ਇੱਕ ਤਾਂ ਉਹਦੀ ਮਾਂ ਹੁੰਦੀ ਆ ਰਾਜ ਕੌਰ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਦੀਵਾਨ ਲਖਪਤ ਰਾਏ ਹੁੰਦਾ ਤਾਂ ਜਦੋਂ 1796 ਦੇ ਵਿੱਚ ਇਹਨਾਂ ਦਾ ਵਿਆਹ ਮਹਿਤਾਬ ਕੌਰ ਨਾਲ ਹੁੰਦਾ ਤਾਂ ਇਹਦੀ ਜਿਹੜੀ ਸੱਸ ਸਦਾ ਕੌਰ ਹੈ ਉਹ ਵੀ ਇਹਦੇ ਰਾਜਭਾਗ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ 3 ਜਿਹੜੇ ਇਹ 3 ਬੰਦੇ ਹੋ ਗਏ ਮਾਤਾ ਰਾਜ ਕੌਰ ਦੀਵਾਨ ਲਖਪਤ ਰਾਏ ਅਤੇ ਸੱਸ ਸਦਾ ਕੌਰ ਇਹਨਾਂ ਨੂੰ ਤਿੱਕੜੀ ਦੇ ਮੈਂਬਰ ਮੰਨਿਆ ਜਾਂਦਾ ਅਤੇ ਤਿੱਕੜੀ ਦਾ ਸਮਾਂ ਉਹਨਾਂ ਟਾਈਮ ਰਿਹਾ ਜਿੰਨਾ ਟਾਈਮ ਮਹਾਰਾਜਾ ਰਣਜੀਤ ਸਿੰਘ 17 ਸਾਲਾਂ ਦੇ ਨਹੀਂ ਹੋ ਗਏ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਦੇ ਵਿੱਚ ਹੋਇਆ ਤਾਂ 17 ਸਾਲ ਆਪਾਂ ਲਾਵਾਂਗੇ 1797 ਦੇ ਵਿੱਚ ਜਾ ਕੇ ਉਹ ਬਾਲਗ ਹੁੰਦੇ ਨੇ ਤਾਂ 1792 ਤੋਂ ਲੈ ਕੇ 1797 ਤੱਕ ਦਾ ਜਿਹੜਾ ਸਮਾਂ ਉਹ ਤਿੱਕੜੀ ਦਾ ਸਮਾਂ 1797 ਦੇ ਵਿੱਚ ਉਹਨਾਂ ਨੇ ਰਾਜ ਸ਼ਕਤੀ ਆਪਣੇ ਹੱਥਾਂ ਦੇ ਵਿੱਚ ਲੈ ਲਈ ਕਿਉਂਕਿ ਉਹ 17 ਸਾਲਾਂ ਦੇ ਹੋ ਗਏ ਸੀਗੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰਣਜੀਤ ਸਿੰਘ ਦੀਆਂ ਮੁੱਢਲੀਆਂ ਜਿੱਤਾਂ ਰਣਜੀਤ ਸਿੰਘ ਨੇ ਜਦੋਂ ਸ਼ੁਕਰ ਚੱਕੇ ਦੇ ਵਿੱਚ ਬਾਗਡੋਰ ਸੰਭਾਲੀ ਸੀ ਤਾਂ ਉਹਦੇ ਕੋਲ ਬਹੁਤ ਥੋੜ੍ਹੇ ਇਲਾਕੇ ਸੀਗੇ ਗੁਜਰਾਂਵਾਲਾ ਵਜ਼ੀਰਾਬਾਦ ਪਿੰਡ ਦਾਦਨ ਖਾਂ ਆਦਿ ਦੇ ਕੁਛ ਕੁ ਇਲਾਕੇ ਸੀਗੇ ਪਰ ਰਣਜੀਤ ਸਿੰਘ ਤਾਂ ਪੂਰੇ ਜਿਹੜੀ ਸਿੱਖ ਮਿਸਲਾਂ ਸੀਗੀਆਂ ਜਾਂ ਸਿੱਖ ਰਾਜ ਸੀਗਾ ਉਹਨਾਂ ਨੂੰ ਕਾਇਮ ਕਰਨਾ ਚਾਹੁੰਦਾ ਸੀਗਾ ਕਿਉਂਕਿ ਇਹ ਸਾਰੇ ਹੀ ਜਿਹੜਾ ਇਲਾਕਾ ਸੀਗਾ ਇਹਨੂੰ ਜਿੱਤਣ ਦਾ ਚਾਹੁੰਦਾ ਸੀਗਾ ਇਹ ਮਹਾਰਾਜਾ ਰਣਜੀਤ ਸਿੰਘ ਤਾਂ ਉਹਨੇ ਹੁਣ ਉਹਨੇ ਇੱਕ ਆਪਣੀ ਜਿਹੜੀਆਂ ਮੁਹਿੰਮਾਂ ਨੇ ਉਹ ਸ਼ੁਰੂ ਕੀਤੀਆਂ
ਕਿਉਂਕਿ ਜਿਹੜੀਆਂ ਇਹਦੀਆਂ ਸਭ ਤੋਂ ਪਹਿਲੀਆਂ ਮੁਹਿੰਮਾਂ ਵਿੱਚ ਉਹਦੇ ਵਿੱਚ ਜਿਹੜੀ ਇਹਦੀ ਸੱਸ ਸਦਾ ਕੌਰ ਸੀ ਉਹਨੇ ਬਹੁਤ ਸਾਥ ਦਿੱਤਾ। ਜਿਹੜੀ ਇਹਦੀ ਸੱਸ ਸਦਾ ਕੌਰ ਸੀ ਉਹਨਾਂ ਨੇ ਹਰੇਕ ਜਿੱਤ ਦੇ ਵਿੱਚ ਜਿੱਥੇ ਵੀ ਜਿਸ ਤਰ੍ਹਾਂ ਕਿ ਸਾਜਮਾਨ ਜਿਹੜਾ ਸੀਗਾ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਪੋਤਰਾ ਸੀਗਾ, ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਤੈਮੂਰ ਸ਼ਾਹ ਆਇਆ, ਅਹਿਮਦ ਸ਼ਾਹ ਅਬਦਾਲੀ ਦਾ ਮੁੰਡਾ ਤੈਮੂਰ ਸ਼ਾਹ ਤੋਂ ਬਾਅਦ ਉਹਦਾ ਮੁੰਡਾ ਆਇਆ ਸੀਗਾ ਸਾਜਮਾਨ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾਂ ਪੰਜਾਬ 'ਤੇ ਹਮਲੇ ਕਰੇ ਨੇ, ਉਸ ਤੋਂ ਬਾਅਦ ਤੈਮੂਰ ਨੇ ਕੀਤੇ, ਉਸ ਤੋਂ ਬਾਅਦ ਸਾਜਮਾਨ ਨੇ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਹਮਲੇ ਕੀਤੇ ਨੇ, ਜਿਨ੍ਹਾਂ ਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਹਮਣਾ ਵੀ ਕੀਤਾ 1797-98 ਦੇ ਵਿੱਚ। ਪਰ ਅਫਗਾਨਿਸਤਾਨ ਦਾ ਜਿਹੜਾ ਇਹ ਬਾਦਸ਼ਾਹ ਸੀਗਾ ਇਹਨੂੰ ਅਫਗਾਨਿਸਤਾਨ ਦੇ ਵਿੱਚ ਜਦੋਂ ਲੜਾਈ ਝਗੜੇ ਸ਼ੁਰੂ ਹੁੰਦੇ ਸੀਗਾ ਤਾਂ ਇਹ ਵਾਪਸ ਉੱਥੇ ਚਲਾ ਜਾਂਦਾ ਸੀਗਾ, ਜਿਹਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਬਾਅਦ ਦੇ ਵਿੱਚ ਮੌਕਾ ਮਿਲ ਜਾਂਦਾ ਸੀਗਾ। ਤਾਂ 1798 ਦੇ ਵਿੱਚ ਕਹਿੰਦੇ ਵੀ ਆਖਰੀ ਜਿਹੜੀ ਲੜਾਈ ਹੋਈ ਸੀ ਸਾਜਮਾਨ ਦੀ ਉਹਦੇ ਵਿੱਚ ਸਾਰੇ ਜਿਹੜੇ ਸਿੱਖ ਸੀਗੇ ਉਹ ਅੰਮ੍ਰਿਤਸਰ ਛੱਡ ਕੇ ਭੱਜ ਗਏ ਸੀਗੇ। ਤਾਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀਗੀ ਉਹਨਾਂ ਨੇ ਇਹਨਾਂ ਨੂੰ ਹੌਸਲਾ ਦਿੱਤਾ, ਇਹਨਾਂ ਨੂੰ ਪ੍ਰੇਰਣਾ ਦਿੱਤੀ, ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਲੜਾਈ ਲੜੀ ਜਿਹਦੇ ਵਿੱਚ ਸਾਜਮਾਨ ਨੂੰ ਹਰਾਇਆ। ਉਸ ਤੋਂ ਬਾਅਦ ਇਹਨਾਂ ਨੇ ਲਾਹੌਰ 'ਤੇ ਜਿਹੜੇ ਪਹਿਲਾਂ ਜਿਨ੍ਹਾਂ ਦਾ ਰਾਜ ਸੀਗਾ ਭੰਗੀ ਸਰਦਾਰਾਂ ਦਾ ਉਹ ਲਾਹੌਰ 'ਤੇ ਫਿਰ ਆ ਕੇ ਰਾਜ ਕਰਨ ਲੱਗ ਗਏ। ਪਰ ਜਿਹੜੇ ਭੰਗੀ ਸਰਦਾਰ ਸੀਗੇ ਬੱਚੇ ਬੜੇ ਚਰਿੱਤਰਹੀਨ ਸੀਗੇ, ਇਹਨਾਂ ਨੂੰ ਸ਼ਾਸਨ ਦੀ ਕੋਈ ਕਲਾ ਨਹੀਂ ਸੀ ਆਉਂਦੀ ਅਤੇ ਜਿਹੜੇ ਲੋਕ ਸੀ ਇਹਨਾਂ ਤੋਂ ਬਹੁਤ ਦੁਖੀ ਤੇ। ਤਾਂ ਲਾਹੌਰ ਦੇ ਦਰਬਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਗੁਪਤ ਰੂਪ ਦੇ ਵਿੱਚ ਚਿੱਠੀਆਂ ਭੇਜੀਆਂ ਕਿ ਲਾਹੌਰ 'ਤੇ ਕਬਜ਼ਾ ਕਰੋ। ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਬੱਚਿਓ ਸਭ ਤੋਂ ਪਹਿਲੀ ਜਿਹੜੀ ਮਹੱਤਵਪੂਰਨ ਜਿੱਤ ਸੀ 1799 ਦੇ ਵਿੱਚ ਉਹ ਲਾਹੌਰ 'ਤੇ ਜਿੱਤੀ, ਜਿਹਦੀਆਂ ਮਹੱਤਤਾ ਕੀ ਰਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਕੇਂਦਰੀ ਪੰਜਾਬ 'ਤੇ ਕਬਜ਼ਾ ਹੋ ਗਿਆ। ਉਹਦਾ ਮੰਨਿਆ ਜਾਂਦਾ ਸੀਗਾ ਵੀ ਜਿਹਨੇ ਲਾਹੌਰ ਜਿੱਤ ਲਿਆ ਉਹਨੇ ਪੰਜਾਬ ਜਿੱਤ ਲਿਆ, ਕਿਉਂਕਿ ਪੰਜਾਬ ਜਿਹੜਾ ਸੀ ਉਹ ਲੰਮੇ ਸਮੇਂ ਤੋਂ ਲਾਹੌਰ ਸੀ ਜਿਹੜਾ ਉਹ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਧਾਨੀ ਚੱਲਿਆ ਆ ਰਿਹਾ ਸੀਗਾ। ਤਾਂ ਮਹਾਰਾਜਾ ਰਣਜੀਤ ਸਿੰਘ ਦਾ ਬੱਚਿਓ ਕੇਂਦਰੀ ਪੰਜਾਬ 'ਤੇ ਕਬਜ਼ਾ ਹੋ ਗਿਆ, ਰਣਜੀਤ ਸਿੰਘ ਦੀ ਪ੍ਰਸਿੱਧੀ ਵਿੱਚ ਵਾਧਾ ਹੋ ਗਿਆ, ਕਿਉਂਕਿ ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਨੂੰ ਹਰਾਤਾ ਜਿਹੜੇ ਕਿ ਉਸ ਸਮੇਂ ਸਾਰੀਆਂ ਮਿਸਲਾਂ ਤੋਂ ਤਾਕਤਵਰ ਮਿਸਲ ਸੀ, ਅਤੇ ਰਣਜੀਤ ਸਿੰਘ ਇੱਕ ਸ਼ਕਤੀਸ਼ਾਲੀ ਸਰਦਾਰ ਬਣ ਗਿਆ। ਇਸ ਤੋਂ ਬਾਅਦ ਜਦੋਂ ਲਾਹੌਰ ਦੀ ਜਿੱਤ ਹੁੰਦੀ ਹੈ ਤਾਂ ਲਾਹੌਰ ਦੇ ਵਿੱਚ ਜਿਹੜੇ ਭੰਗੀ ਸਰਦਾਰ ਹੁੰਦੇ ਨੇ ਇਹ ਆਪਣੀ ਹਾਰ ਨੂੰ ਸੌਖੇ ਨਹੀਂ ਮੰਨਦੇ, ਤਾਂ ਉਹ ਕੀ ਕਰਦੇ ਨੇ, ਇੱਕ ਗੁੱਟ ਬਣਾਉਂਦੇ ਨੇ ਜਿਹਦੇ ਵਿੱਚ ਜੱਸਾ ਸਿੰਘ ਰਾਮਗੜੀਆ, ਜੋਤ ਸਿੰਘ, ਸਾਹਿਬ ਸਿੰਘ, ਨਿਜ਼ਾਮ ਉਦੀਨ ਜਿਹੜਾ ਕਸੂਰ ਦਾ ਨਵਾਬ ਹੈ ਉਹ ਵੀ ਇਹਨਾਂ ਦੇ ਨਾਲ ਰਲ ਜਾਂਦਾ ਹੈ, ਅਤੇ ਇਹ ਸਾਰੇ ਗੁਲਾਬ ਸਿੰਘ ਭੰਗੀ ਦੀ ਅਗਵਾਈ ਦੇ ਅਧੀਨ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਨੇ। ਅਤੇ ਦੋਨੇ ਹੀ ਜਿਹੜੀਆਂ ਸੈਨਾਵਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਅਤੇ ਗੁਲਾਬ ਸਿੰਘ ਭੰਗੀ ਦੀ ਅਗਵਾਈ ਹੇਠ ਜਿਹੜੀ ਇਕੱਠੀ ਹੋਈ ਸੈਨਾ ਸੀ ਇਹ ਭਸੀਨ ਦੇ ਸਥਾਨ 'ਤੇ 1800 ਦੇ ਵਿੱਚ ਫਿਰ ਲੜਦੀਆਂ ਨੇ, ਜਿਹਦੇ ਵਿੱਚ ਕਿ 2 ਮਹੀਨੇ ਸੈਨਾਵਾਂ ਆਹਮੋ ਸਾਹਮਣੇ ਰਹਿੰਦੀਆਂ ਨੇ ਪਰ ਕਿਸੇ ਪਾਸੋਂ ਕੋਈ ਹਮਲਾ ਨਹੀਂ ਹੁੰਦਾ। ਜਿਹੜਾ ਗੁਲਾਬ ਸਿੰਘ ਭੰਗੀ ਹੈ ਇਹ ਦਾਰੂ ਪੀਣ ਕਰਕੇ ਮਰ ਜਾਂਦਾ, ਜਿਹਦੇ ਕਰਕੇ ਬਿਨਾਂ ਲੜੀ ਮਹਾਰਾਜਾ ਰਣਜੀਤ ਸਿੰਘ ਭਸੀਨ ਦੀ ਲੜਾਈ ਜਿੱਤ ਜਾਂਦੇ ਨੇ ਅਤੇ ਇਹਨਾਂ ਦਾ ਲਾਹੌਰ 'ਤੇ ਜਿਹੜਾ ਕਬਜ਼ਾ ਉਹ ਪੱਕਾ ਹੋ ਜਾਂਦਾ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਜਾਂਦਾ। 12 ਅਪ੍ਰੈਲ 1821 ਨੂੰ ਵਿਸਾਖੀ ਵਾਲੇ ਦਿਨ ਲਾਹੌਰ ਵਿਖੇ ਸਾਹਿਬ ਸਿੰਘ ਬੇਦੀ ਦੁਆਰਾ ਕੇਸਰ ਦਾ ਤਿਲਕ ਲਗਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਘੋਸ਼ਿਤ ਕੀਤਾ ਜਾਂਦਾ। ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹ ਆਪਦੇ ਆਪ ਨੂੰ ਸਿੰਘ ਸਾਹਿਬ ਕਹਾ ਕੇ ਖੁਸ਼ ਸੀਗੇ ਅਤੇ ਉਹਨਾਂ ਨੇ ਉਹ ਵਾਰ ਵਾਰ ਕਹਿੰਦੇ ਸੀਗੇ ਕਿ ਜਿਹੜਾ ਮੇਰਾ ਨਾਮ ਹੈ ਰਣਜੀਤ ਮੈਂ ਗੁਰੂ ਗੋਬਿੰਦ ਸਿੰਘ ਦਾ ਨਗਾਰਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਣਜੀਤ ਨਗਾਰਾ ਬਣਾਇਆ ਸੀਗਾ ਅਤੇ ਉਹ ਆਪਦੇ ਆਪ ਨੂੰ ਰਣਜੀਤ ਸਿੰਘ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਨਗਾਰਾ ਹੀ ਮੰਨਦੇ ਸੀਗੇ ਅਤੇ ਉਹਨਾਂ ਨੇ ਆਪਦੀ ਜਿਹੜੀ ਸਰਕਾਰ ਸੀ ਉਹਨਾਂ ਨੂੰ ਸਰਕਾਰ ਏ ਖਾਲਸਾ ਦਾ ਨਾਮ ਦਿੱਤਾ ਸੀਗਾ। ਜਿੱਤ ਤੋਂ ਬਾਅਦ ਇਹਨਾਂ ਨੇ ਤੁਰੰਤ ਬਾਅਦ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਜਿਹੜੇ ਸਿੱਕੇ ਸੀਗੇ ਉਹ ਵੀ ਜਾਰੀ ਕੀਤੇ ਸੀ। ਇਸ ਤੋਂ ਬਾਅਦ ਬੱਚੇ ਉਹਨਾਂ ਦੀ ਦੂਸਰੀ ਮਹੱਤਵਪੂਰਨ ਜਿੱਤ ਆਉਂਦੀ ਅੰਮ੍ਰਿਤਸਰ ਦੀ ਜਿੱਤ। ਅੰਮ੍ਰਿਤਸਰ ਜਿਹੜਾ ਬੱਚੇ ਉਹ 1805 ਦੇ ਵਿੱਚ ਜਿੱਤਿਆ ਸੀ, ਇਹਦੇ 'ਤੇ ਵੀ ਭੰਗੀ ਸਰਦਾਰਾਂ ਦਾ ਕਬਜ਼ਾ ਸੀਗਾ। ਗੁਲਾਬ ਸਿੰਘ ਭੰਗੀ ਸੀ ਜਿਹੜਾ ਉਹ ਇੱਥੋਂ ਦਾ ਰਾਜਾ ਸੀਗਾ, ਕਿਉਂਕਿ ਗੁਲਾਬ ਸਿੰਘ ਭੰਗੀ ਤਾਂ ਭਸੀਨ ਦੀ ਲੜਾਈ 'ਚ ਮਰ ਗਿਆ। ਤਾਂ ਹੁਣ ਉਹਦਾ ਜਿਹੜਾ ਪੁੱਤਰ ਸੀਗਾ ਗੁਰਦਿੱਤ ਸਿੰਘ ਉਹ ਅੰਮ੍ਰਿਤਸਰ ਦਾ ਹਾਕਮ ਬਣਿਆ। ਉਹ ਹਲੇ ਨਾਬਾਲਗ ਸੀਗਾ, ਛੋਟਾ ਸੀਗਾ ਉਹ, ਤਾਂ ਜਿਹੜੀ ਉਹਦੀ ਮਾਂ ਸੀ ਮਾਈ ਸੁੱਖਾ ਉਹਦੀ ਸਰਪ੍ਰਸਤ ਬਣੀ। ਤਾਂ ਹੁਣ ਮਹਾਰਾਜਾ ਰਣਜੀਤ ਸਿੰਘ ਸੀਗਾ ਜਿਹੜਾ ਉਹ ਤਾਂ ਅੰਮ੍ਰਿਤਸਰ ਨੂੰ ਜਿੱਤ ਦੇ ਬਹਾਨੇ ਲੱਭ ਰਿਹਾ ਸੀ, ਤਾਂ ਉਹਨਾਂ ਨੇ ਜਮਜਮਾ ਤੋਪ ਦੀ ਮੰਗ ਕੀਤੀ। ਜਿਹੜੀ ਜਮਜਮਾ ਤੋਪ ਦੀ ਬੱਚਿਓ ਇਹ ਪਿੱਤਲ ਅਤੇ ਤਾਂਬੇ ਦੀ ਬਣੀ ਹੋਈ ਸ਼ੁੱਧ ਤੋਪ ਸੀ ਜਿਹਨੂੰ ਵੱਡੇ ਵੱਡੇ ਕਿਲੇ ਤੋੜਨ ਦੇ ਲਈ ਜਾਣਿਆ ਜਾਂਦਾ ਸੀਗਾ। ਇਹ ਜਿਹੜੀ ਜਮਜਮਾ ਤੋਪ ਸੀ ਬੱਚਿਓ ਇਹ ਪਹਿਲਾਂ ਭੰਗੀਆਂ ਦੇ ਕੋਲ ਰਹੀ, ਇਹਨੂੰ ਭੰਗੀ ਵਾਲੀ ਤੋਪ ਵੀ ਕਹਿੰਦੇ ਤੇ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਤੋਂ ਕਿਹਾ ਕਿ ਮੈਨੂੰ ਜਮਜਮਾ ਤੋਪ ਦਿਉ। ਤਾਂ ਮਾਈ ਸੁੱਖਾ ਨੇ ਜਦੋਂ ਇਸ ਤੋਪ ਨੂੰ ਲੈ ਕੇ ਮਨਾ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਲੈ ਕੇ 1805 ਦੇ ਵਿੱਚ ਅੰਮ੍ਰਿਤਸਰ 'ਤੇ ਹਮਲਾ ਕੀਤਾ ਅਤੇ ਥੋੜ੍ਹੇ ਜਿਹੇ ਵਿਰੋਧ ਤੋਂ ਬਾਅਦ ਜਿਹੜੀ ਮਾਈ ਸੁੱਖਾ ਸੀ ਉਹਨੇ ਹਥਿਆਰ ਸੁੱਟ 'ਤੇ ਅਤੇ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ ਉਹਨਾਂ ਨੇ ਅੰਮ੍ਰਿਤਸਰ ਨੂੰ ਜਿੱਤ ਲਿਆ। ਹੁਣ ਅੰਮ੍ਰਿਤਸਰ ਦੀ ਜਿੱਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਫਾਇਦਾ ਹੋਇਆ? ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਹੱਤਵਪੂਰਨ ਜਿੱਤ ਸੀ ਬੱਚਿਓ। ਜਿੱਥੇ ਲਾਹੌਰ ਰਣਜੀਤ ਸਿੰਘ ਦੀ ਰਾਜਨੀਤਿਕ ਰਾਜਧਾਨੀ ਬਣਿਆ ਉੱਥੇ ਅੰਮ੍ਰਿਤਸਰ ਉਹਨਾਂ ਦੀ ਧਾਰਮਿਕ ਰਾਜਧਾਨੀ ਬਣ ਗਿਆ। ਉਹਨਾਂ ਨੂੰ ਤਾਂਬੇ ਅਤੇ ਪਿੱਤਲ ਤੋਂ ਬਣੀ ਹੋਈ ਜਿਹੜੀ ਜਮਜਮਾ ਤੋਪ ਸੀ ਉਹ ਪ੍ਰਾਪਤ ਹੋ ਗਈ।
ਇਸ ਤੋਂ ਇਲਾਵਾ ਅਕਾਲੀ ਫੂਲਾ ਸਿੰਘ ਸੀ ਜਿਹੜਾ ਉਹ ਆਪਣੇ 2000 ਨਿਹੰਗ ਸਾਥੀਆਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਕਾਫਲੇ ਦੇ ਨਾਲ ਆ ਕੇ ਮਿਲ ਗਿਆ। ਬਾਅਦ ਦੇ ਵਿੱਚ ਆਪਾਂ ਦੇਖਾਂਗੇ ਕਿ ਅਕਾਲੀ ਫੂਲਾ ਸਿੰਘ ਨੇ ਉਹਨਾਂ ਦੀਆਂ ਸਾਰੀਆਂ ਜਿੱਤਾਂ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰਣਜੀਤ ਸਿੰਘ ਦੀ ਪ੍ਰਸਿੱਧੀ ਬੱਚਿਓ ਇਸ ਜਿੱਤ ਦੇ ਨਾਲ ਦੂਰ ਦੂਰ ਤੱਕ ਫੈਲ ਗਈ। ਹੁਣ ਜਿੱਥੇ ਲਾਹੌਰ ਉਹਨਾਂ ਦੀ ਰਾਜਨੀਤਿਕ ਰਾਜਧਾਨੀ ਸੀਗਾ ਤਾਂ ਅੰਮ੍ਰਿਤਸਰ ਹੁਣ ਉਹਨਾਂ ਦੀ ਇੱਕ ਧਾਰਮਿਕ ਰਾਜਧਾਨੀ ਉਹ ਬਣ ਗਿਆ। ਇਸ ਤੋਂ ਬਾਅਦ ਬੱਚਿਓ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ ਉਹ ਸਾਰੀਆਂ ਸਿੱਖ ਮਿਸਲਾਂ ਨੂੰ ਜਿੱਤਣਾ ਚਾਹੁੰਦੇ ਸੀ, ਪਰ ਉਹਨਾਂ ਨੇ ਇੱਕ ਤਕਨੀਕ ਅਪਣਾਈ। ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਤਾਕਤਵਰ ਮਿਸਲਾਂ ਸੀਗੀਆਂ ਉਹਨਾਂ ਦੇ ਨਾਲ ਜਾਂ ਤਾਂ ਉਹਨਾਂ ਨੇ ਦੋਸਤੀ ਕਰ ਲਈ ਜਾਂ ਉਹਨਾਂ ਦੇ ਨਾਲ ਵਿਆਹ ਸੰਬੰਧ ਬਣਾਏ, ਜਿਵੇਂ ਤੁਹਾਨੂੰ ਦੱਸਿਆ ਸੀ ਘਨੱਈਆ ਮਿਸਲ ਅਤੇ ਨਕਈ ਮਿਸਲ। ਉਸ ਤੋਂ ਬਾਅਦ ਫਤਿਹ ਸਿੰਘ ਆਹਲੂਵਾਲੀਆ ਦੇ ਨਾਲ ਉਹਨਾਂ ਨੇ ਪੱਗ ਵਟਾ ਲਈ, ਜੱਸਾ ਸਿੰਘ ਰਾਮਗੜੀਆ, ਇਹਨਾਂ ਦੇ ਇਹਨਾਂ ਸਾਰੇ ਜਿਹੜੇ ਤਾਕਤਵਰ ਰਾਜੇ ਸੀਗੇ ਸਰਦਾਰ ਸੀ ਇਹਨਾਂ ਸਾਰਿਆਂ ਦੇ ਨਾਲ ਉਹਨਾਂ ਨੇ ਕੀ ਕੀਤਾ ਆਪਣੀ ਦੋਸਤੀ ਪੁਗਾਈ। ਅਤੇ ਦੂਜੇ ਪਾਸੇ ਉਹਨਾਂ ਨੇ ਕੀ ਕੀਤਾ ਜਿਹੜੀਆਂ ਕਮਜ਼ੋਰ ਮਿਸਲਾਂ ਸੀਗੀਆਂ ਉਹ ਤਾਕਤਵਰ ਮਿਸਲਾਂ ਦਾ ਸਹਾਰਾ ਲੈ ਕੇ ਸਾਰੀਆਂ ਕਮਜ਼ੋਰ ਮਿਸਲਾਂ ਨੂੰ ਕੀ ਕਰਤਾ ਉਹਨਾਂ ਨੇ ਖਤਮ ਕਰਤਾ। ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਅਕਾਲਗੜ੍ਹ ਜਿੱਤੇ 1801 ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੇ ਮਾਮੇ ਦਾ ਰਾਜ ਸੀਗਾ। ਚਨਿਓੜ 'ਤੇ ਕਬਜ਼ਾ ਕੀਤਾ ਉਹਨਾਂ ਨੇ 1802 ਦੇ ਵਿੱਚ, ਮਾਲਵੇ 'ਤੇ ਪਹਿਲਾ ਹਮਲਾ। ਹੁਣ ਬੱਚੇ ਨਕਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਕਸ਼ੇ ਦੇ ਵਿੱਚ ਜਿਹੜੀ ਇੱਕ ਯੈਲੋ ਕਲਰ ਦੀ ਲਾਈਨ ਹੈ ਇਹ ਇੱਕ ਸਤਲੁਜ ਦਰਿਆ ਨੂੰ ਡਰਾ ਕੀਤਾ ਹੋਇਆ ਇਹਦੇ ਵਿੱਚ। ਤਾਂ ਹੁਣ ਤੁਸੀਂ ਦੱਸੋ ਦੇਖੋ ਕਿ ਜਿਹੜਾ ਸਤਲੁਜ ਹੈਗਾ ਇਹਦੇ ਨੀਚੇ ਵਾਲੀ ਸਾਈਡ ਮਾਲਵਾ, ਕਿਉਂਕਿ ਸਤਲੁਜ ਤੋਂ ਘੱਗਰ ਦੇ ਵਿਚਕਾਰਲੇ ਇਲਾਕੇ ਨੂੰ ਮਾਲਵਾ ਕਹਿੰਦੇ ਆ, ਤਾਂ ਇਹ ਮਾਲਵਾ। ਤਾਂ ਹੁਣ ਮਹਾਰਾਜਾ ਰਣਜੀਤ ਸਿੰਘ ਪਹਿਲੀ ਵਾਰੀ ਮਾਲਵੇ 'ਤੇ ਹਮਲਾ ਕਰਦੇ ਨੇ 1806 ਦੇ ਵਿੱਚ। 1806 ਦੇ ਵਿੱਚ ਹਮਲਾ ਕਰਨ ਦਾ ਕਾਰਨ ਇਹ ਹੁੰਦਾ ਕਿ ਨਾਭੇ ਦੇ ਨਜ਼ਦੀਕ ਜਿਹੜਾ ਪਿੰਡ ਹੈਗਾ ਦਲੱਦੀ, ਉਸ ਪਿੰਡ ਦਾ ਮਾਮਲਾ ਹੁੰਦਾ ਕਿਉਂਕਿ ਨਾਭੇ ਦਾ ਰਾਜਾ ਜਿਹੜਾ ਜਸਵੰਤ ਸਿੰਘ ਆ ਉਹ ਕਹਿੰਦਾ ਕਿ ਇਹ ਇਲਾਕਾ ਮੇਰਾ, ਪਟਿਆਲੇ ਦਾ ਰਾਜਾ ਸਾਹਿਬ ਸਿੰਘ ਕਹਿੰਦਾ ਕਿ ਇਹ ਮੇਰਾ। ਤਾਂ ਉਹਨਾਂ ਦੋਨਾਂ ਦੇ ਵਿੱਚ ਅਣਬਣ ਹੁੰਦੀ ਹੈ ਜਿਸ ਤੋਂ ਬਾਅਦ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਜਦੋਂ ਮਾਲਵੇ ਦੇ ਵਿੱਚ ਪਹਿਲੀ ਵਾਰੀ ਆਉਂਦਾ ਤਾਂ ਉਹ ਸਾਰੇ ਇਲਾਕੇ ਦੇ ਵਿੱਚ ਜਿੱਥੋਂ ਜਿੱਥੋਂ ਲੰਘਦਾ ਉਹਨਾਂ ਤੋਂ ਨਜ਼ਰਾਨੇ ਲੈਂਦਾ ਅਤੇ ਬਾਅਦ ਦੇ ਵਿੱਚ ਉਹ ਜਿਹੜਾ ਦਲੱਦੀ ਪਿੰਡ ਹੈਗਾ ਉਹ ਮਹਾਰਾਜਾ ਨਾਭਾ ਨੂੰ ਦੇ ਕੇ ਚਲਿਆ ਜਾਂਦਾ। ਉਸ ਤੋਂ ਬਾਅਦ ਦੂਸਰੀ ਵਾਰੀ ਫਿਰ ਉਹ 1807 ਦੇ ਵਿੱਚ ਮਾਲਵੇ ਦੇ ਵਿੱਚ ਦੂਸਰੀ ਵਾਰੀ ਐਂਟਰ ਕਰਦਾ ਜਦੋਂ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਅਤੇ ਉਹਦੀ ਘਰਵਾਲੀ ਆਸ ਕੌਰ ਦਾ ਝਗੜਾ ਹੋ ਜਾਂਦਾ, ਕਿਉਂਕਿ ਜਿਹੜੀ ਆਸ ਕੌਰ ਸੀ ਉਹ ਆਪਣੇ ਪੁੱਤਰ ਦੇ ਲਈ ਇੱਕ ਜਾਗੀਰ ਮੰਗ ਰਹੀ ਸੀ ਜਿਹਨੂੰ ਕਿ ਸਾਹਿਬ ਸਿੰਘ ਜਿਹੜਾ ਸੀ ਉਹ ਇਨਕਾਰ ਕਰਦਾ ਸੀਗਾ। ਤਾਂ ਉਹਨਾਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ। ਮਹਾਰਾਜਾ ਰਣਜੀਤ ਸਿੰਘ ਉੱਥੇ ਫਿਰ ਆਉਂਦਾ ਅਤੇ ਉਹਦੀ ਜਿਹੜੀ ਘਰਵਾਲੀ ਆਸ ਕੌਰ ਹੈ ਉਹਨੂੰ ਉਹ ਜਾਗੀਰ ਦਵਾ ਕੇ ਜਾਂਦਾ। ਤਾਂ ਇਸ ਤਰ੍ਹਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਮਾਲਵੇ 'ਤੇ ਦੋ ਵਾਰੀ ਅਟੈਕ ਕਰਦਾ, ਦੋ ਵਾਰੀ ਹਮਲੇ ਕਰਦਾ, ਪਰ ਉਹ ਹਾਲੇ ਕਬਜ਼ਾ ਨਹੀਂ ਕਰਦਾ ਕਿਉਂਕਿ ਜਿਹੜੇ ਮਾਲਵੇ ਦੇ ਸਰਦਾਰ ਹੁੰਦੇ ਨੇ ਉਹ ਹਾਲੇ ਤਾਕਤ ਦੇ ਵਿੱਚ ਹੈਗੇ ਨੇ। ਤਾਂ ਉਹ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਆਪਣੇ ਵੈਰੀ ਨਹੀਂ ਬਣਾਉਣਾ ਚਾਹੁੰਦਾ, ਉਹਨਾਂ ਨੂੰ ਇਹ ਹੁੰਦਾ ਕਿ ਇਹਨਾਂ ਨੂੰ ਮੈਂ ਆਪਣੇ ਦੋਸਤ ਬਣਾ ਕੇ ਰੱਖਾਂ ਹਾਲੇ, ਕਿਉਂਕਿ ਉਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੇ ਇਹ ਮਾਲਵੇ ਦੇ ਸਰਦਾਰ ਨੇ ਇਹ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਕੋਲ ਚਲੇ ਗਏ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ ਉਹ ਸਾਡੇ ਇਲਾਕੇ 'ਤੇ ਵੀ ਕਬਜ਼ਾ ਕਰੂਗਾ। ਤਾਂ ਇਹ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਕੋਲ ਜਾਂਦੇ ਨੇ। ਜਦੋਂ ਅੰਗਰੇਜ਼ਾਂ ਦੇ ਕੋਲ ਜਾਂਦੇ ਨੇ ਤਾਂ ਉਸ ਸਮੇਂ ਕੀ ਹੁੰਦਾ 1806-07 ਦੇ ਵਿੱਚ ਉਸ ਸਮੇਂ ਜਿਹੜਾ ਨੈਪੋਲੀਅਨ ਬੋਨਾਪਾਰਟ ਹੈ ਉਹ ਬਹੁਤ ਹੀ ਫਰਾਂਸ ਦੇ ਵਿੱਚ ਜਿਹੜਾ ਬਹੁਤ ਹੀ ਘਮਸਾਨ ਦੇ ਯੁੱਧ ਕਰਦਾ ਇੰਗਲੈਂਡ ਦੇ ਖਿਲਾਫ, ਅਤੇ ਹੁਣ ਇਹਨਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਉਹ ਅਫਗਾਨਿਸਤਾਨ ਨਾਲ ਰਲ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਰਲ ਜੇ। ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਦੇ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਉਹਨਾਂ ਨੇ ਭੇਜਿਆ ਸੀਗਾ ਚਾਰਲਸ ਮੈਟਕਾਫ ਉਹਨੂੰ ਨਾਲ ਲੈ ਕੇ ਤੀਜੇ ਹਮਲੇ 'ਤੇ ਫਿਰ ਜਾਂਦਾ ਮਾਲਵੇ ਦੇ ਵੱਲ। ਉਹ ਮਹਾਰਾਜਾ ਰਣਜੀਤ ਸਿੰਘ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਮਾਲਵੇ ਦੇ ਤੁਸੀਂ ਗੱਲ ਕਰ ਰਹੇ ਹੋ ਉਹ ਮੇਰੇ ਇਲਾਕੇ ਨੇ, ਮੇਰੇ ਅਧੀਨ ਨੇ, ਮੈਨੂੰ ਨਜ਼ਰਾਨੇ ਦਿੰਦੇ ਨੇ। ਤਾਂ ਇਸ ਤੋਂ ਬਾਅਦ ਉਹ ਮਹਾਰਾਜਾ ਸਾਹਿਬ ਸਿੰਘ ਦੇ ਨਾਲ ਪੱਗ ਵੀ ਬਿਠਾਉਂਦਾ, ਉਹਨੂੰ ਆਪਣਾ ਦੋਸਤ ਵੀ ਬਣਾਉਂਦਾ। ਪਰ ਉਸ ਤੋਂ ਬਾਅਦ ਜਦੋਂ ਨੈਪੋਲੀਅਨ ਬੋਨਾਪਾਰਟ ਦਾ ਹਮਲਾ ਟਲ ਜਾਂਦਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਜਿਹੜੇ ਅੰਗਰੇਜ਼ ਨੇ ਉਹ ਇੱਕ ਜ਼ਬਰਦਸਤ ਸੰਧੀ ਲੈ ਕੇ ਆਉਂਦੇ ਨੇ, ਕਿਉਂਕਿ ਉਹ ਮਾਲਵੇ ਦੇ ਜਿਹੜੇ ਸਰਦਾਰ ਨੇ ਉਹਨਾਂ ਨੂੰ ਆਪਣੇ ਨਾਲ ਲਾ ਲੈਂਦੇ ਨੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਇੱਕ ਸੰਧੀ ਕਰਦੇ ਨੇ। ਤਾਂ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਤੁਸੀਂ ਸਤਲੁਜ ਤੋਂ ਜਿਹੜਾ ਪਾਰ ਦਾ ਇਲਾਕਾ ਹੈ, ਸਤਲੁਜ ਤੋਂ ਪਾਰ ਦਾ ਖੇਤਰ ਹੈਗਾ, ਇਹ ਸਾਡੀ ਸੁਰੱਖਿਆ ਦੇ ਅਧੀਨ ਖੇਤਰ ਨੇ, ਸਤਲੁਜ ਤੋਂ ਪਾਰ ਤੁਸੀਂ ਨਹੀਂ ਆਉਣਾ, ਇਹ ਸਾਡਾ ਇਲਾਕਾ। ਅਤੇ ਸਤਲੁਜ ਤੋਂ ਉਰਾਰ ਉੱਪਰਲਾ ਜਿਹੜਾ ਖੇਤਰ ਹੈਗਾ ਤੁਸੀਂ ਇੱਧਰਲੀ ਸਾਈਡ ਰਹੋ, ਜਿਹੜੇ ਨੀਚੇ ਵਾਲੇ ਰਿਆਸਤਾਂ ਹੈਗੀਆਂ ਨੇ ਖਾਸ ਕਰਕੇ ਮਾਲਵਾ ਹੋ ਗਿਆ, ਨਾਭਾ, ਪਟਿਆਲਾ, ਜੀਂਦ, ਮਲੇਰਕੋਟਲਾ, ਇਹ ਸਾਰੀਆਂ ਰਿਆਸਤਾਂ ਸਾਡੀ ਸੁਰੱਖਿਆ ਹੇਠ ਨੇ, ਤੁਸੀਂ ਇਹਨਾਂ 'ਤੇ ਕਬਜ਼ਾ ਨਹੀਂ ਕਰੋਗੇ। ਇੱਕ ਵਾਰੀ ਇਹ ਹੁੰਦਾ ਕਿ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਜਿਹੜੀ ਆ ਜੰਗ ਉਹ ਲੱਗੂਗੀ, ਅਤੇ ਜਿਹੜੇ ਅੰਗਰੇਜ਼ ਨੇ ਉਹ ਲੁਧਿਆਣੇ ਦੇ ਵਿੱਚ ਆਪਣੀ ਫੌਜ ਵੀ ਇਕੱਠੀ ਕਰਦੇ ਨੇ ਅਤੇ ਮੋਹਕਮ ਚੰਦ ਫਲੌਰ ਦੇ ਵਿੱਚ ਵੀ ਆਪਣੀ ਸੈਨਾ ਖੜੀ ਕਰ ਲੈਂਦਾ। ਪਰ ਅਖੀਰ 'ਤੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਦੇ ਸੁਝਾਅ ਦੇ ਅਨੁਸਾਰ ਅਤੇ ਸਦਾ ਕੌਰ ਦੇ ਰੋਕਣ ਦੇ ਅਨੁਸਾਰ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ 1809 ਦੀ ਸੰਧੀ ਕਰ ਲੈਂਦਾ।
ਜਿਹਦੇ ਵਿੱਚ ਗਵਰਨਰ ਜਨਰਲ ਉਸ ਸਮੇਂ ਲਾਰਡ ਮਿੰਟੋ ਸੀਗਾ ਤੇ ਡੇਵਿਡ ਅਕਟਰ ਅਕਟਰ ਲੋਨੀ ਜਿਹੜਾ ਸੀ ਉਸ ਸਮੇਂ ਸੈਨਾ ਕਮਾਂਡਰ ਸੀਗਾ। ਇਸ ਤੋਂ ਬਾਅਦ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਉਹਦੀ ਜਿਹੜੀ ਦੱਖਣੀ ਹੱਦ ਸੀਗੀ ਉਹ ਸਤਲੁਜ ਨਿਸ਼ਚਿਤ ਕਰ ਦਿੱਤੀ। ਹੁਣ ਮਹਾਰਾਜਾ ਰਣਜੀਤ ਸਿੰਘ ਸੀ ਜਿਹੜਾ ਉਹ ਸਤਲੁਜ ਤੋਂ ਨੀਚੇ ਵਾਲੇ ਪਾਸੇ ਉਹਨੇ ਕਦੇ ਵੀ ਕੋਈ ਹਮਲਾ ਨਹੀਂ ਕਰਨਾ। ਇਸ ਤੋਂ ਅੱਗੇ ਉਹਨੇ ਡੱਲੇ ਵਾਲੀ ਮਿਸਲ ਤੇ ਕਬਜ਼ਾ ਕੀਤਾ 1707 ਦੇ ਵਿੱਚ। ਤਾਰਾ ਸਿੰਘ ਘੇਬਾ ਜਦੋਂ ਮਰ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਡੱਲੇ ਵਾਲੀ ਮਿਸਲ ਤੇ ਕਬਜ਼ਾ ਕਰ ਲਿਆ। ਇਹ ਸਾਰੀਆਂ ਮਿਸਲਾਂ ਸਤਲੁਜ ਤੋਂ ਉੱਪਰ ਵਾਲੇ ਇਲਾਕੇ ਵਿੱਚ ਸੀਗੀਆਂ। ਸਿਆਲਕੋਟ ਜਿੱਤਿਆ ਉਹਨਾਂ ਨੇ, ਗੁਜਰਾਤ 1809 ਦੇ ਵਿੱਚ ਜਿੱਤਿਆ। ਗੁਜਰਾਤ ਦੇ ਜਿਹੜੇ ਭੰਗੀ ਸਰਦਾਰ ਸੀਗੇ ਉਹਨਾਂ ਦੇ ਪਿਓ ਪੁੱਤ ਦਾ ਆਪਸ ਦੇ ਵਿੱਚ ਝਗੜਾ ਹੋ ਗਿਆ, ਉਸ ਤੋਂ ਬਾਅਦ ਉਹਨਾਂ ਨੇ ਗੁਜਰਾਤ ਨੂੰ ਫਤਿਹ ਕਰ ਲਿਆ। ਕਰੋੜ ਸੰਘੀਆਂ ਮਿਸਲ 1809 ਦੇ ਵਿੱਚ ਇਹਦਾ ਜਿਹੜਾ ਨੇਤਾ ਸੀ ਬਘੇਲ ਸਿੰਘ ਉਹ ਮਰ ਗਿਆ। ਇਸ ਤੋਂ ਬਾਅਦ ਉਹਨਾਂ ਨੇ ਕਰੋੜ ਸੰਘੀਆਂ ਮਿਸਲ ਤੇ ਕਬਜ਼ਾ ਕਰ ਲਿਆ। ਨਕਈ ਮਿਸਲ ਜਿਹੜੀ ਇਹ ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਫਿਰ ਸਹੁਰਿਆਂ ਦੀ ਮਿਸਲ ਸੀ, ਪਰ ਜਿਹੜਾ ਉਹਦਾ ਭਤੀਜਾ ਸੀਗਾ ਕਾਨ ਸਿੰਘ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਿਯਮਾਂ ਦੇ ਅਨੁਸਾਰ ਨਹੀਂ ਸੀ ਚੱਲਦਾ, ਜਿਹਦੇ ਕਰਕੇ ਨਕਈ ਮਿਸਲ 'ਤੇ ਕਬਜ਼ਾ ਕਰ ਲਿਆ। ਫੈਜ਼ਲਪੁਰੀਆ ਮਿਸਲ 'ਤੇ ਵੀ 1811 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਉਹਨਾਂ ਨੇ ਮੁਸਲਿਮ ਇਲਾਕਿਆਂ ਨੂੰ ਜਿੱਤਿਆ। ਸਭ ਤੋਂ ਪਹਿਲਾਂ ਉਹਨਾਂ ਨੇ ਕਸੂਰ ਜਿੱਤਿਆ। ਹੁਣ ਕਸੂਰ ਦਾ ਸ਼ਾਸਕ ਉਹੀ ਹੈ ਨਿਜ਼ਾਮਉਦੀਨ, ਜਿਹਨੇ ਭਸੀਨ ਦੀ ਲੜਾਈ ਦੇ ਵਿੱਚ ਇੱਕ ਗੁੱਟ ਬਣਾਇਆ ਸੀਗਾ। ਤਾਂ 1807 ਦੇ ਵਿੱਚ ਨਿਜ਼ਾਮਉਦੀਨ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਕੁਦਬਦੀਨ ਸ਼ਾਸਕ ਬਣ ਗਿਆ, ਕਿਉਂਕਿ ਨਿਜ਼ਾਮਉਦੀਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨਤਾ ਸਵੀਕਾਰ ਕਰ ਲਈ, ਪਰ ਜਿਹੜਾ ਉਹ ਪੁੱਤਰ ਸੀਗਾ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨਤਾ ਸਵੀਕਾਰ ਨਹੀਂ ਕੀਤੀ ਅਤੇ ਉਹਨੂੰ ਜਿਹੜਾ ਨਜ਼ਰਾਨਾ ਜਾਂ ਕਾਰਾ ਉਹ ਨਹੀਂ ਦਿੱਤਾ। ਤਾਂ ਉਹਨਾਂ ਨੂੰ 1807 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਜਿੱਤਿਆ। ਉਸ ਤੋਂ ਬਾਅਦ ਝੰਗ 1807 ਦੇ ਵਿੱਚ ਉਹਨਾਂ ਨੇ ਝੰਗ ਸਿਆਲ ਜਾਤੀ ਜਿਹੜੇ ਅਹਿਮਦ ਖਾਂ ਦਾ ਰਾਜ ਸੀਗਾ ਉਹ ਜਿੱਤ ਲਿਆ। ਇਹ ਮੈਪ ਦੇ ਵਿੱਚ ਦੇਖੋ, ਇਹ ਸਾਰੇ ਜਿਹੜੇ ਖੇਤਰ ਨੇ ਇਹ ਸਾਰੇ ਪਾਕਿਸਤਾਨ ਵਾਲੀ ਸਾਈਡ ਨੇ। ਬਹਾਵਲਪੁਰ ਅਤੇ ਅਖਨੂਰ ਜਿੱਤਿਆ ਉਹਨਾਂ ਨੇ 1807-8 ਦੇ ਵਿੱਚ। ਖੁਸ਼ਾਬ ਅਤੇ ਸਾਹੀਵਾਲ 1810 ਦੇ ਵਿੱਚ ਜਿੱਤਿਆ। ਇਸ ਤੋਂ ਬਾਅਦ ਉਹਨਾਂ ਨੇ ਪਹਾੜੀ ਰਾਜਾਂ ਵੱਲ ਮੂੰਹ ਕੀਤਾ। ਪਹਾੜੀ ਰਾਜਾਂ ਦੇ ਵਿੱਚ ਉਹਨਾਂ ਨੇ ਜੰਮੂ ਨੂੰ ਜਿੱਤਿਆ 1809 ਦੇ ਵਿੱਚ। ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ 1809 ਈਸਵੀ ਜੰਮੂ 'ਤੇ ਹਮਲਾ ਕੀਤਾ। ਜੰਮੂ ਦੇ ਸ਼ਾਸਕ ਜਿਹੜਾ ਸੀਗਾ ਮਹਾਰਾਜਾ ਦੀ ਅਧੀਨਤਾ ਸਵੀਕਾਰ ਕਰ ਲਈ। ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ 20,000 ਰੁਪਏ ਭੇਂਟ ਕਰਕੇ ਜਾਨ ਬਚਾਈ। ਜਦ 1809 ਦੇ ਵਿੱਚ ਜੰਮੂ ਦੇ ਰਾਜਾ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਰਾਜ 'ਤੇ ਸੈਨਾ ਭੇਜੀ ਅਤੇ ਜੰਮੂ 'ਤੇ ਕਬਜ਼ਾ ਕਰ ਲਿਆ। ਕਾਂਗੜੇ ਦੀ ਜਿੱਤ 1809। ਜਿਹੜਾ ਕਾਂਗੜੇ ਰਾਜਾ ਸੰਸਾਰ ਚੰਦ ਸੀਗਾ, ਇਹਨੇ ਜਦੋਂ ਸਾਜਮਾਨ ਭਾਰਤ 'ਤੇ ਹਮਲਾ ਕਰਦਾ ਤਾਂ ਕਾਂਗੜੇ ਦੇ ਰਾਜੇ ਨੇ, ਪਟਿਆਲੇ ਦੇ ਰਾਜੇ ਨੇ ਇਹਨਾਂ ਨੇ ਸਾਜਮਾਨ ਦੀ ਮਦਦ ਕੀਤੀ ਸੀ। ਤਾਂ ਜਿਹੜਾ ਸੰਸਾਰ ਚੰਦ ਸੀਗਾ ਇਹਨੂੰ ਇਹ ਸੀਗਾ ਕਿ ਜਿਹੜਾ ਸਾਜਮਾਨ ਹੈ ਉਹ ਜਦੋਂ ਚਲਿਆ ਜਾਊਗਾ ਤਾਂ ਪੰਜਾਬ 'ਤੇ ਕਬਜ਼ਾ ਮੈਂ ਕਰੂੰਗਾ। ਤਾਂ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਆ ਗਿਆ ਤਾਂ ਹੁਣ ਇਹਨੂੰ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਪੈ ਰਿਹਾ। ਅਤੇ ਦੂਸਰੇ ਪਾਸੇ ਕਾਂਗੜੇ ਦਾ ਜਿਹੜਾ ਸੰਸਾਰ ਚੰਦ ਹੈ ਉਹਨੇ ਜਦੋਂ ਕਹਿਲੂਰ 'ਤੇ ਹਮਲਾ ਕੀਤਾ ਤਾਂ ਉੱਥੋਂ ਦੇ ਰਾਜੇ ਨੇ ਗੋਰਖਿਆਂ ਤੋਂ ਮਦਦ ਲੈ ਲਈ। ਗੋਰਖੇ ਜਿਹੜੇ ਸੀਗੇ ਆਪਣੀ ਲੜਾਈ ਦੇ ਲਈ ਬੜੇ ਜਾਣੇ ਜਾਂਦੇ ਸੀਗੇ ਤਾਂ ਉਹਨਾਂ ਨੇ ਅਮਰ ਸਿੰਘ ਥਾਪਾ ਨੂੰ ਭੇਜਿਆ। ਹੁਣ ਸੰਸਾਰ ਚੰਦ ਜਿਹੜਾ ਸੀਗਾ ਉਹ ਹੁਣ ਵਿੱਚ ਵਿਚਾਲੇ ਫਸ ਗਿਆ। ਉਹਨੇ ਹੁਣ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਕਿ ਤੁਸੀਂ ਗੋਰਖਿਆਂ ਦੇ ਖਿਲਾਫ਼ ਮੇਰੀ ਮਦਦ ਕਰੋ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਤੇਰੀ ਮਦਦ ਜ਼ਰੂਰ ਕਰਾਂਗੇ ਪਰ ਤੁਸੀਂ ਸਾਨੂੰ ਕਾਂਗੜੇ ਦਾ ਕਿਲਾ ਦਿਓ। ਤਾਂ ਉਹ ਕਾਂਗੜੇ ਦਾ ਜਿਹੜਾ ਕਿਲਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੂੰ ਉਹਨੇ ਦੇਣਾ ਮੰਨਿਆ। ਉਸ ਤੋਂ ਬਾਅਦ ਉਹਨਾਂ ਨੇ ਸੰਸਾਰ ਚੰਦ ਦਾ ਸਾਥ ਦਿੱਤਾ ਅਤੇ ਅਮਰ ਸਿੰਘ ਥਾਪਾ ਨੂੰ ਹਰਾਇਆ, ਜਿਹਤੋਂ ਬਾਅਦ ਕਾਂਗੜੇ ਦਾ ਜਿਹੜਾ ਕਿਲਾ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਗਿਆ ਸੀਗਾ। ਇਸ ਤੋਂ ਬਾਅਦ ਬੱਚੇ ਉਹਨਾਂ ਨੇ ਮਿੱਤਰ ਮਿਸਲਾਂ ਦੇ ਇਲਾਕੇ 'ਤੇ ਵੀ ਕਬਜ਼ਾ ਕੀਤਾ, ਕਿਉਂਕਿ ਇੱਕ ਰਾਜਾ ਸੀਗਾ, ਰਾਜਾ ਰਾਜੇ ਦੀ ਹੈਸੀਅਤ ਨਾਲ ਚੱਲਦਾ, ਉਹਦੇ ਲਈ ਕੋਈ ਮਿੱਤਰ ਦੋਸਤ ਕੁਛ ਵੀ ਨਹੀਂ। ਪਹਿਲਾਂ ਉਹਨਾਂ ਨੇ ਆਪਣੇ ਜਿਹੜੇ ਹੈਗੇ ਸੀਗੇ ਤੁਹਾਨੂੰ ਦੱਸਿਆ ਸੀਗਾ ਵਿਆਹ ਸੰਬੰਧ ਬਣਾਏ, ਮਿੱਤਰ ਬਣਾਏ, ਹੁਣ ਉਹਨਾਂ ਨੇ ਉਹਨਾਂ ਹੀ ਇਲਾਕਿਆਂ 'ਤੇ ਕਬਜ਼ਾ ਵੀ ਕੀਤਾ। ਕਨਈਆ ਮਿਸਲ, ਕਨਈਆ ਮਿਸਲ ਰਣਜੀਤ ਸਿੰਘ ਦੇ ਸਹੁਰਿਆਂ ਦੀ ਮਿਸਲ ਸੀਗੀ। ਇਸ ਮਿਸਲ ਦਾ ਨੇਤਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਸੀ, ਜਿਹੜੀ ਤੁਹਾਨੂੰ ਦੱਸਿਆ ਕਿ ਉਹਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਮੁੱਢਲੀਆਂ ਜਿੱਤਾਂ ਦੇ ਵਿੱਚ ਬਹੁਤ ਭੂਮਿਕਾ ਨਿਭਾਈ ਸੀ, ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਜਿੱਤਾਂ ਦੇ ਵਿੱਚ। ਪਰ 1113 ਦੇ ਵਿੱਚ ਉਹਨਾਂ ਦੇ ਕੁਛ ਜਿਹੜੇ ਸੀਗੇ ਕੁਛ ਇਲਾਕਿਆਂ ਦੇ ਅਧਿਕਾਰ ਕਰ ਲਿਆ। 1801 ਦੇ 21 ਦੇ ਵਿੱਚ ਉਹਨਾਂ ਦਾ ਮਤਭੇਦ ਇੰਨਾ ਵੱਧ ਗਿਆ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਤਾ। ਹੁਣ ਕਿਉਂਕਿ ਇੱਕ ਰਾਜਾ ਹੈ, ਜਦੋਂ ਰਾਜੇ ਨੂੰ ਕੋਈ ਹੋਰ ਵਿਅਕਤੀ ਹੈ ਜਿਹੜਾ ਉਹ ਕੋਈ ਵੀ ਆਪਾਂ ਕਹਿ ਦਈਏ ਕਿ ਉਹਨਾਂ ਦੇ ਰਾਹ ਦੇ ਵਿੱਚ ਅੜਚਨ ਬਣੂਗਾ ਤਾਂ ਉਹ ਰਾਜਾ ਉਸ ਬੰਦੇ ਨੂੰ ਪਾਸੇ ਕਰੂਗਾ, ਚਾਹੇ ਉਹ ਉਹਦੀ ਸੱਸ ਹੋਵੇ, ਚਾਹੇ ਉਹ ਉਹਦਾ ਕੋਈ ਦੋਸਤ ਹੋਵੇ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਜਿਹੜੀ ਸੱਸ ਸੀਗੀ ਉਹਨੂੰ 1821 ਦੇ ਵਿੱਚ ਜੇਲ੍ਹ 'ਚ ਸੁੱਟਤਾ ਸੀਗਾ। ਬਾਅਦ ਦੇ ਵਿੱਚ ਉਹਨਾਂ ਦੀ ਸੁਲ੍ਹਾ ਹੋ ਗਈ ਸੀ। ਰਾਮਗੜੀਆ ਮਿਸਲ, 1815 ਦੇ ਵਿੱਚ ਰਾਮਗੜੀਆ ਮਿਸਲ 'ਤੇ ਹਮਲਾ ਕੀਤਾ ਉਹਨਾਂ ਨੇ। ਜਿੰਨਾ ਟਾਈਮ ਜਯੋ ਸਿੰਘ ਰਾਮਗੜੀਆ ਜਿਉਂਦਾ ਰਿਹਾ ਉਹਨਾਂ ਟਾਈਮ ਹਮਲਾ ਨਹੀਂ ਕੀਤਾ, ਬਾਅਦ ਵਿੱਚ ਉਹਨਾਂ 'ਤੇ ਹਮਲਾ ਕਰ ਲਿਆ। ਉਸ ਤੋਂ ਬਾਅਦ ਆਲੂ ਵਾਲੇ ਮਿਸਲ, ਫਤਿਹ ਸਿੰਘ ਆਲੂ ਵਾਲਿਆ ਜਿਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਪੱਗ ਵਟਾਈ ਸੀ, ਠੀਕ ਹੈ, ਇਹਨਾਂ ਦੇ ਮਤਭੇਦ ਹੋ ਗਏ ਅਤੇ ਇਹਨਾਂ 'ਤੇ ਕਬਜ਼ਾ ਕਰ ਲਿਆ। ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੁਲ੍ਹਾ ਵੀ ਹੋ ਗਈ ਸੀ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਬੱਚੋਂ ਵੱਡੀਆਂ ਜਿੱਤਾਂ ਨੇ ਜਿਹੜੀਆਂ ਮਹੱਤਵਪੂਰਨ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਮੁਲਤਾਨ ਜਿੱਤਿਆ। ਜਿਹੜਾ ਮੁਲਤਾਨ ਸੀਗਾ ਬੱਚਿਓ, ਉਹਦੇ 'ਤੇ ਜਿੱਤਣ ਦੇ ਲਈ ਉਹਨਾਂ ਨੇ 7 ਹਮਲੇ ਕੀਤੇ ਸੀਗੇ।
ਠੀਕ ਹੈ ਜੀ। ਸੱਤ ਹਮਲਿਆਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਮੁਲਤਾਨ ਦੀ ਜਿੱਤ ਪ੍ਰਾਪਤ ਹੋਈ। ਮੁਲਤਾਨ ਦਾ ਜਿਹੜਾ ਰਾਜਾ ਸੀਗਾ ਉਹ ਨਵਾਬ ਮੁਜ਼ੱਫਰ ਖਾਨ ਸੀਗਾ, ਠੀਕ ਹੈ। ਅਤੇ ਕਿਉਂਕਿ ਇਹ ਜਿਹੜੇ ਇਲਾਕੇ ਸੀ ਇਹਨਾਂ 'ਤੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਤੋਂ ਕਰ ਲੈਂਦਾ ਸੀਗਾ, ਹਰੇਕ ਵਾਰ ਕਰ ਲੈਣ ਦੇ ਲਈ ਇਹਨਾਂ 'ਤੇ ਹਮਲਾ ਕਰਦਾ ਸੀਗਾ। ਅਖੀਰ ਉਹਨਾਂ ਨੇ 1818 ਦੇ ਵਿੱਚ ਮੁਲਤਾਨ 'ਤੇ ਜਿਹੜਾ ਉਹ ਪੱਕੇ ਤੌਰ 'ਤੇ ਕਬਜ਼ਾ ਕਰ ਲਿਆ ਸੀਗਾ। ਇਸ ਤੋਂ ਬਾਅਦ ਬੱਚਿਓ ਅਟਕ ਦੀ ਜਿੱਤ ਹੈ। ਅਟਕ ਆ ਜਿਹੜਾ ਸਿੰਧ ਦਰਿਆ ਸਿੰਧ ਦੇ ਦੋਵੇਂ ਪਾਸੇ ਜਿਹੜਾ ਉੱਤਰ ਪੱਛਮ ਦੇ ਵਿੱਚ ਸਥਿਤ ਹੈ, ਠੀਕ ਹੈ। ਅਤੇ ਇੱਥੋਂ ਬਹੁਤ ਸਾਰਾ ਵਪਾਰ ਹੁੰਦਾ ਸੀਗਾ। ਅਤੇ ਕਸ਼ਮੀਰ ਨੂੰ ਜਿੱਤਣ ਦੇ ਲਈ ਕਾਬਲ ਦੇ ਸ਼ਾਸਕ ਫਤਿਹ ਖਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਇੱਕ ਸੰਧੀ ਹੋਈ। ਉਹਦੇ ਵਿੱਚ ਇਹ ਹੋਇਆ ਸੀਗਾ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਜਿੱਤਣ ਦੇ ਵਿੱਚ ਫਤਿਹ ਖਾਂ ਕਾਬਲ ਦੇ ਬਾਦਸ਼ਾਹ ਫਤਿਹ ਖਾਂ ਦੀ ਮਦਦ ਕਰੂਗਾ, ਤਾਂ ਬਦਲੇ ਦੇ ਵਿੱਚ ਫਤਿਹ ਖਾਂ ਜਿਹੜਾ ਉਹ ਅਟਕ ਜਿੱਤਣ 'ਚ ਰਣਜੀਤ ਸਿੰਘ ਦੀ ਮਦਦ ਕਰੂਗਾ, ਠੀਕ ਹੈ ਜੀ। ਰਣਜੀਤ ਸਿੰਘ ਫਤਿਹ ਖਾਂ ਨੂੰ ਅਟਕ ਜਿੱਤ ਕੇ ਦਊਗਾ ਅਤੇ ਬਦਲੇ ਦੇ ਵਿੱਚ ਜਿਹੜਾ ਫਤਿਹ ਖਾਂ ਉਹ ਮੁਲਤਾਨ ਜਿੱਤਣ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕਰੂਗਾ। ਪਰ ਜਦੋਂ ਕਸ਼ਮੀਰ 'ਤੇ ਹਮਲਾ ਕੀਤਾ, ਕਸ਼ਮੀਰ ਦੇ ਉਹ ਫਤਿਹ ਖਾਂ ਇਕੱਲੇ ਹੀ ਆ ਜਿਹੜਾ ਜਾ ਕੇ ਉਹ ਜਿੱਤ ਪ੍ਰਾਪਤ ਕਰ ਗਿਆ, ਤਾਂ ਉਹਨੇ ਸੰਧੀ ਦੀਆਂ ਸ਼ਰਤਾਂ ਤੋਂ ਮੁੱਕਰ ਗਿਆ। ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਸਬਕ ਸਿਖਾਉਣ ਦੇ ਲਈ ਅਟਕ 'ਤੇ ਹਮਲਾ ਕੀਤਾ। ਅਟਕ ਦਾ ਜਿਹੜਾ ਸ਼ਾਸਕ ਸੀਗਾ ਜਹਾਂਦਦ ਖਾਂ, ਉਹ ਬਿਨਾਂ ਕਿਸੇ ਵਿਰੋਧ ਤੋਂ ਉਹਨੇ ਕਿਲ੍ਹਾ ਉਹਨਾਂ ਨੂੰ ਦੇਤਾ। ਬਾਅਦ ਦੇ ਵਿੱਚ ਜਿਹੜਾ ਉਸ ਕਿਲ੍ਹੇ 'ਤੇ ਕਿਲ੍ਹੇ ਨੂੰ ਲੈ ਕੇ ਜਿਹੜਾ ਹਮਲਾ ਹੋਇਆ ਸੀਗਾ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਜੋਧ ਸਿੰਘ, ਰਾਮਗੜੀਆ ਹਰੀ ਸਿੰਘ ਨਲੂਆ, ਮੋਹਕਮ ਚੰਦ ਵਰਗੇ ਜਿਹੜੇ ਸਹਿਯੋਗ ਜਿਹੜੇ ਸੈਨਾਪਤੀ ਸੀ ਉਹ ਗਏ। ਦੋਨਾਂ ਦਾ ਜਿਹੜਾ ਟਾਕਰਾ ਸੀਗਾ 26 ਜੂਨ 1813 ਨੂੰ ਵਿੱਚ ਹੋਇਆ। ਜੇ ਇਸ ਯੁੱਧ ਦੇ ਵਿੱਚ ਇਹ ਹਜ਼ਰੋ ਦੇ ਸਥਾਨ 'ਤੇ ਹੋਇਆ, ਇਹਨੂੰ ਸ਼ਸਦਾ ਯੁੱਧ ਵੀ ਕਹਿੰਦੇ ਨੇ। ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੇਤੂ ਰਿਹਾ ਅਤੇ ਉਹਨਾਂ ਦੇ ਅਟਕ 'ਤੇ ਜਿਹੜੀ ਜਿੱਤ ਉਹ ਪ੍ਰਾਪਤ ਹੋ ਗਈ। ਕਸ਼ਮੀਰ ਦੀ ਜਿੱਤ, ਜਿਹੜਾ ਬੱਚੋ ਕਸ਼ਮੀਰ ਦਾ ਇਲਾਕਾ ਸੀਗਾ, ਇੱਥੇ ਨਾ ਮਹਾਰਾਜਾ ਰਣਜੀਤ ਸਿੰਘ ਦਾ ਇਹਦੇ 'ਤੇ ਹਮਲਾ ਕਰਨ ਦਾ ਕਾਰਨ ਇਹ ਸੀਗਾ ਕਿਉਂਕਿ ਜਿਹੜਾ ਅਫਗਾਨਿਸਤਾਨ ਦਾ ਬਾਦਸ਼ਾਹ ਸੀਗਾ ਸ਼ਾਹਜਮਾਨ, ਉਹਦਾ ਭਰਾ ਸੀਗਾ ਸ਼ਾਹ ਸੁਜਾ। ਜਿਹੜਾ ਸ਼ਾਹ ਸੁਜਾ ਸੀਗਾ ਉਸ ਨੂੰ ਕੈਦ ਕਰਕੇ ਕਸ਼ਮੀਰ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ, ਅਫਗਾਨਿਸਤਾਨ ਦਾ ਜਿਹੜਾ ਬਾਦਸ਼ਾਹ ਸੀਗਾ। ਤਾਂ ਹੁਣ ਜਿਹੜਾ ਅਫਗਾਨਿਸਤਾਨ ਦਾ ਬਾਦਸ਼ਾਹ ਸੀਗਾ ਉਹਦੀ ਘਰਵਾਲੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆਉਂਦੀ ਆ ਅਤੇ ਉਹਨੂੰ ਕਹਿੰਦੀ ਆ ਕਿ ਜੇਕਰ ਤੁਸੀਂ ਸ਼ਾਹ ਸੁਜਾ ਨੂੰ ਛਡਾ ਕੇ ਦਿਉਂਗੇ ਤਾਂ ਮੈਂ ਤੁਹਾਨੂੰ ਕੋਹਿਨੂਰ ਹੀਰਾ ਦਊਂਗੀ। ਕੋਹਿਨੂਰ ਹੀਰਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਬੱਚਿਓ ਕਿ ਜਿਹੜਾ ਇਹ ਕੋਹਿਨੂਰ ਹੀਰਾ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ। ਕਹਿੰਦੇ ਵੀ ਜੇਕਰ ਇਹ ਹੀਰਾ ਦੀ ਕੀਮਤ ਪਵੇ ਤਾਂ ਪੂਰੀ ਦੁਨੀਆ ਨੂੰ 2.5 ਦਿਨ ਤੱਕ ਰੋਟੀ ਖਵਾਈ ਜਾ ਸਕਦੀ ਆ। ਬਹੁਤ ਮਹਿੰਗੀ ਕੀਮਤਾਂ ਹੁਣ ਇਹ ਇੰਗਲੈਂਡ ਦੇ ਵਿੱਚ ਹੈ, ਮਹਾਰਾਜਾ ਦਲੀਪ ਸਿੰਘ ਤੋਂ ਇਹ ਇੰਗਲੈਂਡ ਦੇ ਵਿੱਚ ਲੈ ਲਿਆ ਸੀਗਾ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਜਿਹੜਾ ਕੋਹਿਨੂਰ ਹੀਰਾ ਸੀਗਾ ਬੱਚਿਓ ਇਹ ਸ਼ਾਹ ਸੁਜਾ ਦੀ ਪਤਨੀ ਤੋਂ ਲਿਆ ਸੀਗਾ ਅਤੇ ਬਦਲੇ ਦੇ ਵਿੱਚ ਉਹਨਾਂ ਨੇ ਕਸ਼ਮੀਰ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾ ਨੂੰ ਛਡਾਇਆ ਸੀਗਾ ਅਤੇ ਕਸ਼ਮੀਰ ਦਾ ਜਿਹੜਾ ਸ਼ਾਸਕ ਸੀਗਾ ਅਤਾ ਮੁਹੰਮਦ ਖਾਂ ਨੂੰ ਹਰਾ ਕੇ ਕਸ਼ਮੀਰ 'ਤੇ ਕਬਜ਼ਾ ਕੀਤਾ ਸੀਗਾ। ਇਸ ਤੋਂ ਬਾਅਦ ਬੱਚਿਓ ਆ ਗਏ ਪਿਸ਼ਾਵਰ ਦੀ ਜਿੱਤ। ਜਿਹੜਾ ਪਿਸ਼ਾਵਰ ਸੀਗਾ ਬੱਚਿਓ ਇਹ ਬਿਲਕੁਲ ਅਫਗਾਨਿਸਤਾਨ ਦਾ ਇਲਾਕਾ ਸੀਗਾ ਜਿਹੜਾ ਕਿ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਆ ਉਹਨਾਂ ਦੇ ਸਹਿਯੋਗ ਅਗਵਾਈ ਦੇ ਕਰਕੇ ਜਿੱਤਿਆ ਗਿਆ ਸੀਗਾ। ਇਹਦੇ ਵਿੱਚ ਪਹਿਲਾਂ ਜਿਹੜਾ ਇੱਥੋਂ ਦਾ ਸ਼ਾਸਕ ਸੀਗਾ ਉਹ ਯਾਰ ਮੁਹੰਮਦ ਖਾਂ ਸੀਗਾ, ਉਹਨੇ ਪਿਸ਼ਾਵਰ 'ਤੇ ਕਬਜ਼ਾ ਕਰ ਲਿਆ ਅਤੇ ਬਾਅਦ ਦੇ ਵਿੱਚ ਉਹਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਕਬੂਲ ਕਰ ਲਈ। ਜਿਹੜਾ ਯਾਰ ਮੁਹੰਮਦ ਖਾਂ ਸੀਗਾ ਇਹ ਕਾਬਲ ਦੇ ਬਾਦਸ਼ਾਹ ਸ਼ਾਹ ਮਹਿਮੂਦ ਦਾ ਗਵਰਨਰ ਸੀਗਾ ਅਤੇ ਇਹ ਗੱਲ ਕਾਬਲ ਦੇ ਬਾਦਸ਼ਾਹ ਨੂੰ ਚੰਗੀ ਨਾ ਲੱਗੀ ਤਾਂ ਉਹਨੇ ਯਾਰ ਮੁਹੰਮਦ ਤੋਂ 1823 'ਚ ਪਿਸ਼ਾਵਰ ਮੁੜ ਤੋਂ ਜਿੱਤ ਲਿਆ। ਹੁਣ ਰਣਜੀਤ ਸਿੰਘ ਨੇ ਸ਼ੇਰ ਸਿੰਘ ਦੀਵਾਨ ਕਿਰਪਾਰਮ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਦੇ ਅਧੀਨ ਪਿਸ਼ਾਵਰ ਦੇ ਵਿੱਚ ਫੌਜ ਭੇਜੀ ਜਿਨ੍ਹਾਂ ਦੇ ਵਿਚਕਾਰ 14 ਮਾਰਚ 1823 ਨੂੰ ਨਸ਼ੌਰਾ ਦੇ ਸਥਾਨ 'ਤੇ ਲੜਾਈ ਹੁੰਦੀ ਹੈ ਜਿਹਦੇ ਵਿੱਚ ਅਕਾਲੀ ਫੂਲਾ ਸਿੰਘ ਮਾਰਿਆ ਜਾਂਦਾ। ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪਿਸ਼ਾਵਰ ਨੂੰ ਬਚਾਉਣ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਭੇਜਣੀਆਂ ਪਈਆਂ। ਅਖੀਰ 1834 ਦੇ ਵਿੱਚ ਇੱਥੇ ਜਿਹੜੀ ਆ ਹਰੀ ਸਿੰਘ ਨਲੂਆ ਦੇ ਅਧੀਨ ਜਿਹੜੀ ਫੌਜ ਸੀ ਉਹਨੇ ਕਬਜ਼ਾ ਕਰ ਲਿਆ ਅਤੇ ਹਰੀ ਸਿੰਘ ਨਲੂਆ ਜਿਹੜਾ ਸੀਗਾ ਉਹਨਾਂ ਨੂੰ ਪਿਸ਼ਾਵਰ ਦਾ ਸੂਬੇਦਾਰ ਐਲਾਨਿਆ ਗਿਆ ਸੀਗਾ। ਅਤੇ ਬਾਅਦ ਵਿੱਚ ਹਰੀ ਸਿੰਘ ਨਲੂਆ ਇੱਥੇ ਹੀ ਰਹੇ ਨੇ, ਇੱਥੇ ਉਹਨਾਂ ਨੇ ਕਿਲ੍ਹੇ ਬਣਾਏ ਜਿਹਦੇ ਵਿੱਚ ਇੱਕ ਜਮਰਾਉਤ ਦਾ ਕਿਲ੍ਹਾ ਵੀ ਸੀਗਾ ਅਤੇ ਜਮਰਾਉਤ ਦੀ ਲੜਾਈ ਦੇ ਵਿੱਚ ਲੜਦੇ ਹੋਏ ਹਰੀ ਸਿੰਘ ਨਲੂਆ ਮਾਰਿਆ ਗਿਆ ਸੀਗਾ। ਜਿਹੜਾ ਹਰੀ ਸਿੰਘ ਨਲੂਆ ਸੀ ਬੱਚਿਓ ਇਹ ਵਰਲਡ ਦੇ ਜਿਹੜੇ ਟੌਪ 10 ਵਿਜੇਤਾ ਨੇ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ 'ਤੇ ਇਹਨਾਂ ਦਾ ਨਾਮ ਆਉਂਦਾ ਅੱਜ ਦੇ ਸਿੱਖ ਇਤਿਹਾਸ ਦੇ ਵਿੱਚ। ਇਸ ਤੋਂ ਬਾਅਦ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸਤਾਰ। ਬੱਚੇ ਮੈਪ ਵੀ ਤੁਹਾਨੂੰ ਦਿਖਾਇਆ ਹੋਇਆ ਕਿ ਜਿਹੜਾ ਇਹ ਯੈਲੋ ਕਲਰ ਦੇ ਵਿੱਚ ਹੈ ਇਹ ਸਾਰਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀਗਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਤਲੁਜ ਦਰਿਆ ਤੋਂ ਲੈ ਕੇ ਖੈਬਰ ਅਤੇ ਹਿਮਾਲਿਆ ਤੱਕ ਸੀਗਾ। ਇਹਦਾ ਜਿਹੜਾ ਰਾਜ ਸੀ ਨੂੰ 4 ਪ੍ਰਾਂਤਾਂ 'ਚ ਵੰਡਿਆ ਗਿਆ ਸੀਗਾ, ਸੂਬਾ ਏ ਲਾਹੌਰ, ਸੂਬਾ ਏ ਮੁਲਤਾਨ, ਸੂਬਾ ਏ ਪਿਸ਼ਾਵਰ, ਸੂਬਾ ਏ ਕਸ਼ਮੀਰ। ਅਤੇ ਪਿਸ਼ਾਵਰ, ਅਟਕ, ਮੁਲਤਾਨ, ਕਸ਼ਮੀਰ, ਰਾਵਲਪਿੰਡੀ, ਲਾਹੌਰ, ਅੰਮ੍ਰਿਤਸਰ ਉਸ ਸਮੇਂ ਦੇ ਪ੍ਰਸਿੱਧ ਸ਼ਹਿਰ ਸੀਗੇ। ਉਹਦੇ ਰਾਜ ਦੇ ਵਿੱਚ 70% ਮੁਸਲਿਮ ਲੋਕ ਸੀਗੇ, 24% ਹਿੰਦੂ ਸੀਗੇ, 6-7% ਸਿੱਖ ਲੋਕ ਸੀਗੇ। ਕੁੱਲ ਖੇਤਰ ਜਿਹੜਾ ਹੈਗਾ ਸੀਗਾ ਉਹ 2,24,000 ਦੇ ਲਗਭਗ ਸੀਗਾ ਅਤੇ 12 ਮਿਲੀਅਨ ਦੇ ਕਰੀਬ ਬੱਚੇ ਉੱਥੇ ਜਨਸੰਖਿਆ ਸੀਗੀ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਅੰਗਰੇਜ਼ਾਂ ਅਤੇ ਸਿੱਖਾਂ ਦੇ ਸੰਬੰਧ 1809 ਤੋਂ ਲੈ ਕੇ 1839 ਦੇ ਵਿੱਚ। ਸਭ ਤੋਂ ਪਹਿਲਾਂ 1809 ਦੇ ਵਿੱਚ ਆਪਾਂ ਨੂੰ ਤੁਹਾਨੂੰ ਪਤਾ ਹੈ ਕਿ 1809 ਦੇ ਵਿੱਚ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੀ ਸੰਧੀ ਕੀਤੀ,
ਮਹਾਰਾਜਾ ਰਣਜੀਤ ਸਿੰਘ ਤੇ ਰੋਕਾਂ ਲਾਤੀਆਂ। ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਸੈਨਿਕ ਚੌਂਕੀ ਬਣਾਈ ਉਹਨਾਂ ਨੇ। ਫਿਰ ਉਸ ਤੋਂ ਬਾਅਦ ਮਿੱਤਰਤਾ ਪੈਦਾ ਹੋਈ 1812 ਦੇ ਵਿੱਚ, ਜਦੋਂ ਰਾਜਕੁਮਾਰ ਖੜਕ ਸਿੰਘ ਦਾ ਵਿਆਹ ਹੋਇਆ ਤਾਂ ਅੰਗਰੇਜ਼ ਵੀ ਉੱਥੇ ਆਏ, ਜਿਨ੍ਹਾਂ ਨੇ 1000 ਬੰਦੂਕਾਂ ਵੀ ਦਿੱਤੀਆਂ ਤੇ ਕੁਝ ਪੈਸੇ ਦਿੱਤੇ। ਉਸ ਤੋਂ ਬਾਅਦ ਬਦਨੀ ਦਾ ਪ੍ਰਸ਼ਨ ਆਉਂਦਾ ਹੈ। ਬਦਨੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਇਲਾਕਾ ਸੀਗਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਨੂੰ ਕੈਦ ਕਰ ਲਿਆ ਤਾਂ ਬਦਨੀ ਆ ਜਿਹੜਾ ਉਹ ਅੰਗਰੇਜ਼ਾਂ ਦੇ ਇਲਾਕੇ 'ਚ ਪੈਂਦਾ ਸੀਗਾ, ਸਤਲੁਜ ਤੋਂ ਦੱਖਣ ਦੇ ਵਿੱਚ। ਇਸ ਨੂੰ ਲੈ ਕੇ ਕਾਫੀ ਮਾਮਲਾ ਗਰਮਾ ਗਿਆ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ। ਆਲੂਵਾਲੇ ਦੇ ਪ੍ਰਦੇਸ਼ਾਂ ਦੀ ਵੀ ਇਹੀ ਸਮੱਸਿਆ ਸੀ। ਆਲੂਵਾਲੀਆ ਮਹਾਰਾਜਾ ਰਣਜੀਤ ਸਿੰਘ ਨਾਲ ਲੜ ਕੇ ਅੰਗਰੇਜ਼ਾਂ ਕੋਲ ਚਲਿਆ ਗਿਆ। ਜਿਹੜੇ ਅੰਗਰੇਜ਼ਾਂ ਦੇ ਇਲਾਕੇ ਦੇ ਵਿੱਚ ਖੇਤਰ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਲੈਣ ਦਿੱਤੇ। ਬਾਅਦ ਦੇ ਵਿੱਚ ਜਿਹੜਾ ਸੀਗਾ ਆਲੂਵਾਲੀਆ ਅੰਗਰੇਜ਼ਾਂ ਤੋਂ ਨਿਕਲ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਕੋਲ ਚਲਿਆ ਗਿਆ। 1825-30 ਦੇ ਵਿੱਚ ਇਹਨਾਂ ਦੇ ਵਿਚਕਾਰ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਫਿਰ ਮਿੱਤਰਤਾ ਹੋ ਜਾਂਦੀ ਆ। ਅੱਗੇ ਆ ਗਿਆ ਬੱਚੋ ਸਿੰਧ ਦਾ ਪ੍ਰਸ਼ਨ। ਜਿਹੜਾ ਸਿੰਧ ਸੀਗਾ ਇਹ ਪੱਛਮ ਦਰਿਆ ਦੇ ਪੱਛਮ ਦੇ ਵਿੱਚ ਦਰਿਆ ਸਿੰਧ ਦੇ ਕੰਢੇ ਤੇ ਵਸਿਆ ਹੋਇਆ ਪ੍ਰਾਂਤ ਹੈ। ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਥੇ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਅੰਗਰੇਜ਼ਾਂ ਨੇ ਉਹਨਾਂ ਨੂੰ ਰੋਕਤਾ। ਅੰਗਰੇਜ਼ਾਂ ਨੇ ਕਿਹਾ ਕਿ ਸਿੰਧ ਤੇ ਨਾ ਤਾਂ ਤੁਸੀਂ ਹਮਲਾ ਕਰੋ, ਕਬਜ਼ਾ ਕਰੋ, ਨਾ ਅਸੀਂ ਕਰਾਂਗੇ। ਤੇ ਇਹਦੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ 26 ਅਕਤੂਬਰ 1831 ਨੂੰ ਰੋਪੜ ਦੇ ਵਿੱਚ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਇਸ ਨੂੰ ਲੈ ਕੇ ਕੀ ਕੀਤੀ, ਮੀਟਿੰਗ ਵੀ ਕੀਤੀ। ਪਰ ਦੂਜੇ ਪਾਸੇ ਉਹਨਾਂ ਨੇ ਆਪਦਾ ਇੱਕ ਬੰਦਾ ਜਿਹੜਾ ਸੀਗਾ ਉਹਨੂੰ ਕਰਨਲ ਪਟਿੰਗਰ ਨੂੰ ਸਿੰਧ ਦੇ ਵਿੱਚ ਭੇਜਤਾ ਤੇ ਉਹਨੇ ਜਾ ਕੇ ਸਿੰਧ ਦੇ ਅਮੀਰ ਨਾਲ ਸੰਧੀ ਕਰ ਲਈ। ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੰਬੰਧ ਸੀ ਅੰਗਰੇਜ਼ਾਂ ਨਾਲ ਵਿਗੜ ਗਏ। ਸ਼ਿਕਾਰਪੁਰ ਦਾ ਜਿਹੜਾ ਪ੍ਰਸ਼ਨ ਸੀਗਾ, ਸ਼ਿਕਾਰਪੁਰ ਦੇ ਵਿੱਚ ਮਜ਼ਾਰੀ ਨਾਂ ਦਾ ਕਬੀਲਾ ਸੀਗਾ ਤਾਂ ਇਹ ਲੁੱਟਾਂ ਖੋਹਾਂ ਕਰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਉੱਥੇ ਆਪਦੀ ਫੌਜ ਭੇਜੀ ਤਾਂ ਅੰਗਰੇਜ਼ਾਂ ਨੇ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇਹ ਸਿੰਧ ਦਾ ਇਲਾਕਾ ਹੈਗਾ ਤੇ ਤੁਸੀਂ ਇਹਦੇ ਤੇ ਕਬਜ਼ਾ ਜਾਂ ਹਮਲਾ ਨਹੀਂ ਕਰਨਾ। ਇਸ ਤੋਂ ਬਾਅਦ ਬੱਚੇ ਆਉਂਦਾ ਫਿਰੋਜ਼ਪੁਰ ਦਾ ਪ੍ਰਸ਼ਨ। ਫਿਰੋਜ਼ਪੁਰ ਜਿਹੜਾ ਸੀਗਾ ਸਤਲੁਜ ਤੇ ਸੰਗਮ ਦੇ ਨੇੜੇ ਸਥਿਤ ਇੱਕ ਇਲਾਕਾ ਹੈ। ਇੱਥੇ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ ਇੱਥੇ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਅੰਗਰੇਜ਼ਾਂ ਨੇ ਉਹਨਾਂ ਨੂੰ ਰੋਕਤਾ ਤੇ ਬਾਅਦ ਦੇ ਵਿੱਚ ਕੀ ਕੀਤਾ, ਇੱਥੇ ਆਪ ਕਬਜ਼ਾ ਕਰ ਲਿਆ। 1835 ਦੇ ਵਿੱਚ ਇੱਥੇ ਕਬਜ਼ਾ ਕੀਤਾ ਤੇ ਬਾਅਦ ਦੇ ਵਿੱਚ ਇੱਕ ਇੱਥੇ ਸੌਣੀ ਵੀ ਬਣਾ ਲਈ। ਹੁਣ ਲਾਹੌਰ ਤੋਂ ਜਿਹੜਾ ਫਿਰੋਜ਼ਪੁਰ ਤੇ ਉਹ ਤੋਂ ਲਾਹੌਰ ਸਿਰਫ 40 ਮੀਲ ਦੂਰ ਸੀ ਤਾਂ ਅੰਗਰੇਜ਼ ਜਿਹੜੇ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਿਲਕੁਲ ਨਜ਼ਦੀਕ ਆ ਗਏ। ਉਸ ਤੋਂ ਬਾਅਦ ਤ੍ਰੈਪੱਖੀ ਸੰਧੀ 1838 ਦੇ ਵਿੱਚ 26 ਜੂਨ 1838 ਦੇ ਵਿੱਚ ਸਾਹ ਸੁਜਾ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਹੁੰਦੀ ਹੈ। ਅੰਗਰੇਜ਼ ਜਿਹੜੇ ਚਾਹੁੰਦੇ ਨੇ ਕਿ ਸਾਹ ਸੁਜਾ ਉਹਨਾਂ ਦੇ ਵੱਲੋਂ ਅਫਗਾਨਿਸਤਾਨ ਦੀ ਗੱਦੀ ਤੇ ਬੈਠੇ ਤੇ ਸਾਡੇ ਨਾਲ ਮਿਲ ਕੇ ਕੰਮ ਕਰੇ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਵਿੱਚ ਰਲਾ ਲੈਂਦੇ ਨੇ ਤੇ ਇਹਦੇ ਵਿੱਚ ਕੀ ਹੁੰਦਾ ਕਿ ਦੋਸਤ ਮੁਹੰਮਦ ਖਾਨ ਦੀ ਥਾਂ ਸਾਹ ਸੁਜਾ ਨੂੰ ਅਫਗਾਨਿਸਤਾਨ ਦਾ ਸ਼ਾਸਕ ਬਣਾਵਾਂਗੇ। ਸਾਹ ਸੁਜਾ ਰਣਜੀਤ ਸਿੰਘ ਦੇ ਜਿੱਤੇ ਹੋਏ ਇਲਾਕਿਆਂ ਤੇ ਉਹਨਾਂ ਦਾ ਅਧਿਕਾਰ ਮੰਨੂਗਾ। ਅਫਗਾਨ ਯੁੱਧ ਸਮੇਂ ਜਿਹੜਾ ਰਣਜੀਤ ਸਿੰਘ ਆ ਉਹ ਆਪਣੀ ਅੰਗਰੇਜ਼ਾਂ ਦੀ ਸੈਨਾ ਨੂੰ ਆਪਣੇ ਇਲਾਕੇ 'ਚੋਂ ਗੁਜਰਨ ਦੀ ਆਗਿਆ ਦਊਗਾ ਤੇ ਇਹ ਜਿਹੜੀ ਸੰਧੀ ਸੀਗੀ ਇਹ ਬੱਚਿਓ ਮਹਾਰਾਜਾ ਰਣਜੀਤ ਸਿੰਘ ਨੇ ਇਹ ਗੱਲ ਨਹੀਂ ਸੀ ਮੰਨੀ ਕਿ ਜਿਹੜੀ ਅੰਗਰੇਜ਼ਾਂ ਦੀ ਫੌਜ ਆ ਉਹ ਮੇਰੇ ਇਲਾਕੇ 'ਚੋਂ ਲੰਘੂਗੀ। ਅਖੀਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਦਸੰਬਰ 1838 ਦੇ ਵਿੱਚ ਦਰੰਗ ਹੋ ਜਾਂਦਾ ਹੈ। 6 ਮਹੀਨੇ ਉਹ ਦਰੰਗ ਦੇ ਨਾਲ ਜੂਝਦੇ ਨੇ ਤੇ 1839 ਦੇ ਵਿੱਚ ਉਹ ਮਹਾਰਾਜਾ ਖੜਕ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਕੇ ਜਿਹੜੇ ਉਹ ਸਦਾ ਦੇ ਲਈ ਜਿਹੜੇ ਹੈਗੇ ਨੇ ਉਹ ਇੱਥੋਂ ਚੱਲ ਪੈਂਦੇ ਨੇ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਕਿ ਜੇਤੂ ਦੇ ਰੂਪ ਦੇ ਵਿੱਚ ਲਾਹੌਰ ਦੇ ਵਿੱਚ ਐਂਟਰ ਕੀਤਾ ਤੇ 40 ਸਾਲਾਂ ਬਾਅਦ ਉਹ ਇਸੇ ਲਾਹੌਰ ਤੋਂ ਜਿਹੜੇ ਸੀਗੇ ਉਹ ਰੁਖਸਤ ਕਰ ਗਏ। ਇਸ ਤੋਂ ਬਾਅਦ ਬੱਚਿਓ ਆਪਾਂ ਅਭਿਆਸ ਵੱਲ ਵੱਧਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਬੱਚਿਓ? 13 ਨਵੰਬਰ 1780। ਮਹਿਤਾਬ ਕੌਰ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸੀ। ਤਿੱਕੜੀ ਦੀ ਸਰਪ੍ਰਸਤੀ ਦਾ ਸਮਾਂ ਬੱਚਿਓ 1792-97 ਤੱਕ। ਤਾਰਾ ਸਿੰਘ ਘੇਬਾ ਕਿਸ ਮਿਸਲ ਦਾ ਨੇਤਾ ਸੀਗਾ? ਤਾਰਾ ਸਿੰਘ ਘੇਬਾ ਡੱਲੇ ਵਾਲੇ ਮਿਸਲ ਦਾ ਨੇਤਾ ਸੀਗਾ। ਰਣਜੀਤ ਸਿੰਘ ਦੀ ਮਹਾਰਾਜਾ ਵਜੋਂ ਤਾਜਪੋਸ਼ੀ ਕਦੋਂ ਹੋਈ? 12 ਅਪ੍ਰੈਲ 1801 ਦੇ ਵਿੱਚ ਹੋਈ ਸੀ ਬੱਚਿਓ। ਜਮਜਮਾ ਤੋਪ ਦਾ ਸੰਬੰਧ ਕਿਹੜੀ ਲੜਾਈ ਨਾਲ ਹੈ? ਕਿਹੜੀ ਲੜਾਈ ਨਾਲ ਬੱਚਿਓ? ਅੰਮ੍ਰਿਤਸਰ ਦੀ ਲੜਾਈ। ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਲਾਹੌਰ ਨੂੰ ਬਣਾਇਆ। ਤ੍ਰੈਪੱਖੀ ਸੰਧੀ ਕਿੰਨਾਂ ਕਿੰਨਾਂ ਵਿਚਕਾਰ ਹੋਈ ਸੀ? ਸਾਹ ਸੁਜਾ, ਰਣਜੀਤ ਸਿੰਘ, ਅੰਗਰੇਜ਼ਾਂ, ਇਹਨਾਂ ਤਿੰਨਾਂ ਵਿਚਕਾਰ। ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਕਿਹੜੇ ਸ਼ਾਸਕ ਨੂੰ ਹਰਾਇਆ? ਮੁਜ਼ੱਫਰ ਖਾਨ ਨੂੰ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਦਾ ਉੱਤਰਾਧਿਕਾਰੀ ਕੌਣ ਬਣਿਆ ਸੀਗਾ ਬੱਚਿਓ? ਖੜਕ ਸਿੰਘ, ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਬੇਟਾ ਸੀਗਾ। ਸੋ ਬੱਚਿਓ ਇਹ ਸੀਗਾ ਸਾਡਾ ਅੱਜ ਦਾ ਟੌਪਿਕ, ਅੱਜ ਦਾ ਲੈਕਚਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜਾ ਲੈਕਚਰ ਆ ਬਹੁਤ ਸੌਖੇ ਤਰੀਕੇ ਨਾਲ ਸਮਝ ਆਇਆ ਹੋਊਗਾ। ਧੰਨਵਾਦ।